ਸਾਡੇ ਪਿੰਡ ਬੱਸ ਵੀ ਨਹੀਂ ਆਉਂਦੀ ਜੀ। ਇਹ ਸਾਰਾ ਦੇਣ ਮਾਨ ਸਾਹਿਬ ਦਾ ਸਤਾਓ ਜੀ ਨੂੰ ਨਹੀਂ ਕੋਈ ਜਾਣਦਾ ਜੀ, ਕਹਿੰਦੇ ਭਗਵੰਤ ਮਾਨ ਵਾਲਾ ਪਿੰਡ ਆ ਜੀ। ਸਾਨੂੰ ਤਾਂ ਨਹੀਂ ਕੋਈ ਫੀਲ ਆਉਂਦੀ ਵੀ ਸਾਨੂੰ ਇਹ ਮੁੱਖ ਮੰਤਰੀ ਨੇ, ਉਰੇ ਆਉਂਦੇ ਨੇ ਵਧੀਆ ਮਿਲਦੇ ਨੇ। ਜਿਵੇਂ ਹੁਣ ਤਾਇਆ ਜੀ ਬੈਠੇ ਨੇ, ਨੇਕ ਦਾ ਨਾਂ ਲੈ ਲਿਆ, ਦਰਸ਼ਨ ਸਿੰਘ ਦਾ ਨਾਂ ਲੈ ਲਿਆ, ਮਤਲਬ ਕਿ ਐਂ ਨਹੀਂ ਹੈਗੇ ਕਿਸੇ ਦਾ ਨਾਂ ਭੁੱਲੇ ਹੋਣਗੇ। ਸਾਡੇ ਪਿੰਡ ਵਾਲਾ ਹੈ ਭਾਈ, ਵਧੀਆ ਵਿਚਾਰਾ ਕਰੀ ਜਾਂਦਾ। ਕੌਣ? ਭਗਵੰਤ ਮਾਨ। ਕੰਮ ਸਾਡੇ ਤਾਂ ਬਾਹਲੇ ਚੰਗੇ ਚੰਗੇ ਬਣਾਏ ਨੇ ਭਰਾਵਾ। ਮਾੜਾ ਕੰਮ ਜੀਤ ਮਾਨ ਦਾ ਕਿਵੇਂ ਲੱਗਦਾ? ਹੁਣ ਮੈਨੂੰ ਕੀ ਧਾਰ ਕੱਢੀ ਆ ਮੈਂ ਉਹਦੀ? ਫੇਰੇ ਜਾਂਦੇ ਨਹੀਂ ਨਾ ਕਿਆ ਜਾਣ ਨੂੰ? ਮੈਂ ਹੁਣ ਮੈਨੂੰ ਰੋਟੀ ਦੇ ਕੇ ਗਿਆ ਉਹ। ਜਿੰਨਾ ਚੱਕਰ ਅਸੀਂ ਜੋਵਾਂਗੇ ਉਹਨਾਂ ਚੱਕਰ ਅਸੀਂ ਇਹਨੂੰ ਹਰਨੀ ਨਹੀਂ ਦਿੰਦੇ ਗਾ ਉਹਦੀ ਕਿਸਮਤ। ਆਹ 70 ਸਾਲ ਆ ਬਾਦਲ ਵਰਗੇ ਛਕ ਛਕਈਆ ਕਰਕੇ ਇਹਨਾਂ ਨੇ ਕੀ ਕਰਿਆ, ਕੋਈ ਅਸੀਂ ਮਾਣ ਮੂਣ ਨੂੰ ਨਹੀਂ ਜਾਣਦੇ। ਜਿੱਤਿਆ ਇੱਥੋਂ ਸੰਗਰੂਰ 'ਚ 22 'ਚ 2 ਸਾਲ ਪਹਿਲਾਂ ਹੀ। ਸਾਡੇ ਤਾਂ ਪਹਿਲਾਂ ਜਿੱਤਿਆ ਹੋਊਗਾ ਬਾਈ, ਅਸੀਂ ਨਹੀਂ ਪਾਈ, ਮੈਂ ਤਾਂ ਪਾਈ ਨਹੀਂ ਆਪਦੇ ਹੱਥਾਂ। ਸਾਨੂੰ ਬਿਜਲੀ ਦਾ ਬਿੱਲ ਜੀ, ਮੈਨੂੰ ਬਿੱਲ ਘੱਟੋ ਘੱਟ ਜੀ 70-80 ਹਜ਼ਾਰ ਰੁਪਇਆ ਭਰਨਾ ਪੈਂਦਾ ਜੀ, ਮੈਂ ਇੱਕ ਪੈਸਾ ਨਹੀਂ ਭਰਿਆ, 0 ਬਿੱਲ ਆਉਂਦਾ ਜੀ। ਸਾਡੇ ਜ਼ਿਮੀਦਾਰਾਂ ਵਾਸਤੇ ਬਹੁਤ ਵਧੀਆ, ਇੱਦੋਂ ਵਧੀਆ ਸਰਕਾਰ ਸਾਨੂੰ ਨਾ ਮਿਲੇ ਨਾ ਕਿਤੇ ਮਿਲਣੀ। ਜਵਾਨ ਤੇ ਜਬਤ ਹੋਊਗੀ ਖਹਿਰਾ ਸਿੰਘ ਦੀ ਜੀ, ਗਰੰਟੀ ਆ, ਲਿਖ ਕੇ ਲੈ ਲਓ। ਧਾਕੜ ਲੀਡਰ ਹੈ, ਜਿੰਨੇ ਮਰਜ਼ੀ ਧਾਕੜ ਆ ਜੀ। ਪਿੰਡ ਦਾ ਮੁੱਖ ਮੰਤਰੀ ਜੀ, ਤੁਹਾਡਾ ਕੰਮ ਰਹਿ ਕਿਵੇਂ ਗਿਆ? ਅਸੀਂ ਐਂ ਕਰਾਉਂਦੇ ਹਾਂ, ਆਹ ਦੇਖੋ ਸਾਡਾ ਬੰਦਿਆਂ ਵਾਸਤੇ ਪਾਰਕ ਬਣਾਤਾ, ਉਹ ਗਊਸ਼ਾਲਾ ਨੂੰ ਪਾਤਾ, ਸਕੂਲ 'ਚ ਜਾ ਕੇ ਦੇਖੋ ਭੁੱਖ ਲੱਗੀ, ਪਾਣੀ ਦਾ ਸਾਧਨ ਕਰਿਆ, ਸਾਰੇ ਪੈਪ ਦਬਾ ਤੇ, ਦੂਜੇ ਸਿਰੇ ਲਾਈਟ ਕਰਨੀਆਂ ਦੁੱਖ ਤੋੜ ਤੇ, ਹੋਰ ਦੱਸੋ ਕੀ ਕਰਨ ਪਿੰਡ ਦਾ? ਮੋਚਾ ਹੋ ਗਿਆ ਪਰ ਮੁੱਖ ਮੰਤਰੀ ਸਾਹਿਬ ਹੋ ਗਿਆ, ਸਾਨੂੰ ਤਾਂ ਸੜਕ ਦਿਖਾ ਰੱਖਿਆ ਭਾਈ। ਜਿਹੜੇ ਫਿਰਦੇ ਨੇ ਇਹਨਾਂ ਦੀ ਬਚਾਉਣਾ, ਇਹ ਆਪ ਹੀ ਦੱਸਦੇ ਨੇ ਪੰਜਾਬ ਬਚਾਓ, ਆਪ ਦੱਸਦੇ ਨੇ ਇਹ ਪੰਜਾਬ ਬਚਾਓ, ਯਾਤਰਾ ਨਹੀਂ ਦੱਸ ਰਹੇ ਨੇ ਪਿੰਡੀ ਪਿੰਡੀ ਜਾ ਕੇ ਵੀ ਸਾਥੋਂ ਪੰਜਾਬ ਬਚਾ ਲਓ। ਮਾਨ ਨੂੰ ਫੜ ਕੇ ਤਾਂ ਡੋਲੇ ਫੜ ਉਰੇ ਆਇਆ ਸੀ, ਦੋ ਜਣਾਂ ਨੇ ਡੋਲੇ ਫੜ ਕੇ ਤਾਂ ਖੜਾ ਕਰਿਆ ਸੀ ਕਿ ਉਹ ਆਪ ਹੀ ਸੰਗ ਚਾਹੀਦੀ ਹੈ ਵੀ ਮੈਂ ਬਿਰਧ ਹੋ ਗਿਆ, ਮੈਂ ਛੱਡਾਂ ਹੁਣ ਇਹ। ਬਹੁਤ ਹੀ ਕੰਮ ਵਧੀਆ ਕਰੇ, ਲਾਈਟ 24 ਘੰਟੇ, ਘਰਾਂ ਵਾਲੀ ਵੀ, ਖੇਤਾਂ ਵਾਲੀ ਵੀ, ਜਦੋਂ ਮਰਜ਼ੀ ਜਾ ਕੇ ਚਲਾ ਲਈਏ ਜੀ। ਅੱਛਾ, ਪਹਿਲਾਂ ਕਦੇ ਨਹੀਂ ਹੋਇਆ ਹੈ? ਪਹਿਲਾਂ 8 ਘੰਟੇ ਆਉਂਦੀ ਜੀ, ਜਮਾਂ 2 ਘੰਟੇ ਬਾਕੀ ਤੋਂ ਆ ਗਈ, 2 ਬਾਕੀ ਤੋਂ ਆ ਗਈ, ਨਾ ਰਾਤ ਕੱਟੀ ਖੇਤ ਕਿਤੇ। ਮੁੱਖ ਮੰਤਰੀ ਸਾਹਿਬ ਨੇ ਕਿੰਨੇ ਕੰਮ ਕਰੇ? ਬਹੁਤ ਜ਼ਿਆਦਾ, ਜਿੰਨੇ ਵੀ ਕਹੇ ਨੇ। ਪਿੰਡੋਂ ਫਿਰ ਕਦੋਂ ਕਿਤੇ ਗਏ ਇੱਥੋਂ? ਪਿੰਡੋਂ ਦਾ ਇਹਦਾ ਬਈ ਪਤਾ ਨਹੀਂ, ਮੈਂ ਤਾਂ ਨਿੱਕਾ ਹੈ ਜੀ। ਅੱਛਾ, ਤੁਹਾਡੇ ਨੂੰ ਵੱਡਾ ਭਗਵੰਤ ਮਾਨ? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਸੁਰਿੰਦਰਪਾਲ ਸਿੰਘ ਅਤੇ ਤੁਸੀਂ ਦੇਖ ਰਹੇ ਹੋ RMB ਟੈਲੀਵਿਜ਼ਨ। ਅਸੀਂ ਪਹੁੰਚੇ ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਪਿੰਡ ਸਤੌਜ ਵਿਖੇ। ਇੱਥੇ ਗੱਲਬਾਤ ਕਰਾਂਗੇ ਲੋਕ ਸਭਾ ਸੀਟ ਸੰਗਰੂਰ ਬਾਰੇ, ਉਮੀਦਵਾਰਾਂ ਬਾਰੇ ਵੀ ਇੱਥੇ ਕੀ ਸੋਚਦੇ ਆ ਅਤੇ ਮੁੱਖ ਮੰਤਰੀ ਸਾਹਿਬ ਦੇ ਕੰਮਾਂ ਨੂੰ ਕਿਵੇਂ ਦੇਖਦੇ ਆ? ਮੁੱਖ ਮੰਤਰੀ ਸਾਹਿਬ ਤੁਹਾਡੇ ਪਿੰਡ ਦੇ ਆ? ਹਾਂ। ਅਤੇ ਪਿੰਡ ਦੀ ਕੋਈ ਜੂਣ ਸੁਧਰੀ? ਬੜੀ ਸਾਰੀ ਸੁਧਰ ਗਈ। ਅੱਛਾ, ਆਹ ਬੈਠਾ ਉਹਨਾਂ ਦੇ ਲਿਆਂਦੇ ਹੋਏ ਚੰਗਿਆ ਪਾਤੇ, ਉਹ ਪਾਤੇ, ਉਹ ਪਾਤੇ, ਵਧੀਆ ਜਿਹੇ ਦਾ ਕੰਮ ਚੱਲੀ ਜਾਂਦਾ। ਆਉਂਦੇ ਰਹਿੰਦੇ ਆ ਇੱਥੇ? ਐਂ ਤਾਂ ਕਿੱਥੇ ਆਉਂਦੇ ਨੇ? ਨਹੀਂ, ਅਸੀਂ ਨਾ ਬਾਦਲ ਪਿੰਡ ਗਏ ਸੀਗੇ ਲੋਕਾਂ ਨਾਲ ਗੱਲਬਾਤ ਕਰਨ 2-3 ਦਿਨ ਪਹਿਲਾਂ। ਉਹ ਕਹਿੰਦੇ ਵੀ ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ, ਤੁਰੇ ਜਾਂਦੇ ਸੱਥ ਵਾਲੇ ਲੋਕਾਂ ਕੋਲ ਖੜ ਜਾਂਦੇ ਸੀ, ਐਂ ਖੜ ਜਾਂਦੇ ਤੁਹਾਡੇ ਕੋਲ? ਖੜ ਜਾਂਦੇ ਨੇ। ਅੱਛਾ, ਰੋਟੀ ਖਾਣ ਲੱਗ ਜਾਂ ਸਾਡੇ ਨਾਲ ਆ ਕੇ ਭਾਈ ਰੋਟੀ ਖਾਂਦੇ ਹੋ, ਇਹ ਖੜਨ ਵਾਲੀ ਤਾਂ ਕਿਹੜੀ ਗੱਲ ਹੈ? ਹੋਰ? ਅੱਛਾ, ਕੰਮ ਸਾਡੇ ਤਾਂ ਬਾਹਲੇ ਚੰਗੇ ਚੰਗੇ ਬਣਾਏ ਨੇ ਭਰਾਵਾ। ਇਹ ਤੋਂ ਪਹਿਲਾਂ ਕੁਛ ਨਹੀਂ ਹੋਇਆ ਸੀ? ਹਾਂ, ਬਸ ਪਹਿਲਾਂ ਵੀ ਵਧੀਆ ਬਣੇ ਗਏ ਨੇ। ਸਰਕਾਰ ਮਾੜਾ ਕੌਣ ਕਰਦੀ ਨੇ, ਸਾਰੀ ਚੰਗਾ ਕਰਦੀਆਂ ਨੇ ਵਿਚਾਰੀਆਂ। ਮਾੜਾ ਕੌਣ ਜੀਤ ਮਾਨ ਦਾ ਕਿਵੇਂ ਲੱਗਦਾ? ਹੁਣ ਮੈਨੂੰ ਕੀ ਧਾਰ ਕੱਢੀ ਆ ਮੈਂ ਉਹਦੀ? ਆਉਂਦੇ ਰਹਿੰਦੇ ਕਿ ਨਹੀਂ? ਮੈਨੂੰ ਕੀ ਪਤਾ, ਹੁਣ ਉਹ ਕੋਠੀ 'ਚ ਬੈਠਾ, ਮੈਂ ਆ ਬੈਠਾ ਬਾਅਦ 'ਚ। ਅੱਛਾ, ਹੋਰ ਫਿਰ ਕੀ ਹੈ? ਆਈ ਹੈ ਭਾਈ, ਜਿਹਦੇ ਕੋਈ ਐਂ ਕਹੇ ਵੀ ਆਹ ਚੱਕ ਭਾਈ ਇਹਦੀ ਭੈਣ 2-4 ਲੱਖ ਰੁਪਈਆ ਕਮੀਜ਼ਾਂ ਦੀ ਠੀਕ ਕਰ, ਫਿਰ ਡਰ ਠੀਕ ਹੈ, ਐਂ ਤਾਂ ਕੋਈ ਵੀ ਨਹੀਂ ਦਿੰਦਾ। ਹੋਰ ਫਿਰ ਅਸੀਂ ਕਿਉਂ ਚੰਗਾ ਕਹੀਏ ਕਿਸੇ ਨੂੰ? ਅਸੀਂ ਤਾਂ ਕਿਸੇ ਨੂੰ ਚੰਗਾ ਕਹਿੰਦੇ। ਅੱਛਾ, ਹਾਂ।
ਸਾਡੇ ਪਿੰਡ ਵਾਲਾ ਹੈ ਭਾਈ, ਵਧੀਆ ਵਿਚਾਰਾ ਕਰੀ ਜਾਂਦਾ। ਕੌਣ? ਭਗਵੰਤ ਮਾਨ। ਅੱਛਾ, ਹਾਂ। ਅਤੇ ਪਿੰਡੋਂ ਫਿਰ ਕਦੋਂ ਕਿਤੇ ਗਏ ਇੱਥੋਂ? ਪਿੰਡੋਂ ਦਾ ਇਹਦਾ ਭਾਈ ਪਤਾ ਨਹੀਂ, ਮੈਂ ਨਿੱਕਾ ਹੈ ਜੀ। ਅੱਛਾ, ਤੁਹਾਡੇ ਨਾਲ ਵੱਡਾ ਭਗਵੰਤ ਮਾਨ? ਹੈਂ? ਭਗਵੰਤ ਮਾਨ ਵੱਡਾ? ਵੱਡਾ। ਅੱਛਾ, ਹੋਰ? ਅੱਛਾ, ਹੁਣ ਬਾਹਰ ਹੀ ਫਿਰਦਾ ਰਹਿੰਦਾ ਵਿਚਾਰਾ, ਹੋ ਕੇ ਹੁਣ ਪਹਿਲਾਂ ਉਸ 'ਚ ਫਿਰਦਾ ਰਿਹਾ ਹੈ ਤਾਂ ਫਿਰਦਾ ਹੀ ਰਹਿੰਦਾ ਵਿਚਾਰਾ। ਕੰਮਾਂ ਕਾਰਾਂ 'ਚ ਨਾ? ਹਾਂ, ਬਸ ਥੋੜ੍ਹਾ ਚਿਰ ਖੇਤੀ ਕਰੀ ਜੀ। ਕਿਵੇਂ ਲੱਗਦਾ ਫਿਰ ਐਤਕੀ ਸੰਗਰੂਰ ਤੋਂ? ਸੰਗਰੂਰ ਤੋਂ ਜੀ ਮਾਨ ਸਾਹਿਬ ਜਿੱਤਣਗੇ। ਅਮੀਤ ਹੇਰ ਸਾਹਿਬ ਖੜ੍ਹੇ ਹੋਏ? ਹਾਂ ਹਾਂ, ਜੋ ਜਿੱਤਣਗੇ ਉਹ ਜਿੱਤਣਗੇ। ਦੂਜੀਆਂ ਪਾਰਟੀਆਂ ਦਾ ਕਿਵੇਂ ਲੱਗਦਾ? ਦੂਜੀਆਂ ਪਾਰਟੀਆਂ ਨੂੰ ਨਹੀਂ ਵੋਟ ਪੈਂਦੇ ਉਹ, ਕਿਉਂ? ਪਿੰਡ ਹੋਣ ਕਰਕੇ ਕਹਿੰਦੇ ਹੋਣਗੇ ਮਾਨ ਸਾਹਿਬ ਕਰਕੇ। ਹਾਂ, ਗੁੱਸਾ ਨਾ ਕਰਦੇ ਮਾਨ ਸਾਹਿਬ? ਨਾ, ਕੰਮ ਕਰਨ ਸਾਡੇ ਕੰਮ ਕਰੇ। ਹਾਂ, ਇਕੱਲੇ ਇਕੱਲੇ ਬੰਦੇ ਦਾ ਕੰਮ ਕਰਿਆ ਸਾਡਾ। ਅੱਛਾ, ਕੀ ਕੰਮ ਵਧੀਆ ਲੱਗੇ? ਬਹੁਤ ਹੀ ਕੰਮ ਵਧੀਆ ਕਰੇ, ਲਾਈਟ 24 ਘੰਟੇ। ਅੱਛਾ, ਘਰਾਂ ਵਾਲੀ ਵੀ, ਖੇਤਾਂ ਵਾਲੀ ਵੀ, ਜਦੋਂ ਮਰਜ਼ੀ ਜਾ ਕੇ ਚਲਾ ਲਈਏ ਜੀ। ਅੱਛਾ, ਪਹਿਲਾਂ ਕਦੇ ਨਹੀਂ ਹੋਇਆ ਹੈ? ਪਹਿਲਾਂ 8 ਘੰਟੇ ਆਉਂਦੀ ਜੀ, ਜਮਾਂ 2 ਘੰਟੇ ਬਾਕੀ ਤੋਂ ਆ ਗਈ ਤੋਂ ਬਾਕੀ ਤੋਂ ਆ ਗਈ। ਹੋਰ ਪਿੰਡ ਦਾ ਕੀ ਫਾਇਦਾ ਹੋਇਆ? ਬਹੁਤ ਫਾਇਦਾ ਹੋ ਗਿਆ ਪਿੰਡ ਦਾ ਜੀ। ਹੁਣ ਫਿਰ 57 ਦਾ ਪੂਰਾ ਜ਼ੋਰ ਲੱਗਿਆ ਵੀ ਆਮ ਆਦਮੀ ਪਾਰਟੀ ਦੀ ਸਰਕਾਰ। ਅਸੀਂ ਤਾਂ ਆਮ ਆਦਮੀ ਨੂੰ ਪਾਵਾਂਗੇ ਜੀ, ਜਿੱਤ ਹਾਰਗਾ ਉਹਨਾਂ ਦੇ ਕਰਮਾਂ ਦੀ ਹੈ। ਸਾਰੇ ਇੱਕ ਮੋਰੀ ਲੰਘ ਜਾਂਦੇ? ਹਾਂ, ਇੱਕ ਮੋਰੀ, ਇੱਕ ਸਾਡੇ ਪੋਲਿੰਗ ਲੱਗੀ ਨਹੀਂ ਪਹਿਲਾਂ ਵੀ ਕੋਈ। ਪੋਲਿੰਗ ਨਹੀਂ ਹੋਈ ਨਾ, ਪੋਲਿੰਗ ਨਹੀਂ ਲੱਗਿਆ ਕੋਈ। ਅੱਛਾ, ਆਮ ਆਦਮੀ ਪਾਰਟੀ ਦੇ ਸੀ? ਹਾਂ, ਹੁਣ ਵੀ ਨਹੀਂ ਪੋਲਿੰਗ ਲੱਗਦਾ ਕੋਈ, ਸਾਡਾ ਏਰੀਆ ਸਾਰਾ ਪੋਲਿੰਗ ਮਾਰ ਲਿਆ। ਮਿਲਦੇ ਰਹਿੰਦੇ ਹੋ? ਹਾਂ ਜੀ, ਜਦੋਂ ਆਉਂਦੇ ਨੇ ਮਿਲਦੇ ਨੇ, ਸਾਰੇ ਨਗਰ ਨੂੰ ਮਿਲ ਕੇ ਜਾਂਦੇ ਨੇ। ਕਿੰਨੇ ਚਿਰ ਬਾਅਦ ਆ ਜਾਂਦੇ? ਜਦੋਂ ਕੋਈ ਪ੍ਰੋਗਰਾਮ ਹੁੰਦਾ ਆਉਂਦੇ ਨੇ ਲੰਗਰ ਨੂੰ, ਪ੍ਰਸ਼ਾਦਾ ਪਾਣੀ ਲੰਗਰ ਨੂੰ ਸਾਰਿਆਂ ਨੂੰ ਖਵਾਉਂਦੇ ਨੇ ਉੱਥੇ ਜਦੋਂ ਆਉਂਦੇ ਨੇ। ਅੱਛਾ, ਸੇਵਾ ਕਰਦੇ ਮੁੱਖ ਮੰਤਰੀ ਸਾਹਿਬ? ਹਾਂ, ਗੁਰੂ ਘਰ ਆਉਂਦੇ ਨੇ ਜਦੋਂ ਆਉਂਦੇ ਨੇ। ਆਉਂਦੇ ਆ? ਹਾਂ। ਸੇਵਾ ਵੀ ਕਰਦੇ ਆ? ਹੈਂ? ਹਾਂ ਜੀ, ਹਾਂ। ਅੱਛਾ, ਲੰਗਰ ਲਾਉਂਦੇ ਨੇ ਜਦੋਂ ਆਉਂਦੇ ਨੇ ਸਾਰੇ ਪਿੰਡਾਂ ਨੂੰ ਆਲੇ ਦੁਆਲੇ? ਖੈਰੇ ਨਹੀਂ ਜਾਂਦੇ ਨਹੀਂ? ਨਾ। ਕਿਆ ਲੈ ਜਾਣ ਨੂੰ? ਮੈਂ ਹੁਣ ਮੈਨੂੰ ਰੋਟੀ ਦੇ ਕੇ ਗਿਆ ਉਹ। ਉਹ ਤਾਂ ਕਹਿੰਦੇ ਬਹੁਤ ਤਾਕੜ ਲੀਡਰ ਹੈ। ਹੈਂ? ਤਾਕੜ ਲੀਡਰ ਹੈ ਲੋਕ ਤਾਂ ਕਹਿੰਦੇ। ਕਹੀ ਜਾਣਦੇ ਫਿਰ ਕਿੱਧਰ ਕਹਿਣਾ ਹੈ? ਇਹ ਤਾਂ ਤੂੰ ਆ, 3 ਰੁਪਈਏ ਬਣਦੇ, ਤੂੰ ਸਾਡੇ ਮੂੰਹ 'ਚ ਦੜਾਈ ਰੁਪਈਏ ਤੂੰ ਲੈ ਜਾਂਦੇ ਆ, ਸਾਤੋਂ ਕੁਛ ਪਾੜਾ ਮੋਟਾ ਕੋਈ ਹੋ ਕੇ ਆ ਜਾਂਦਾ, ਉਹਨੇ ਸਾਨੂੰ ਪੁਲਸਾ ਸਿੱਟੂ ਨਾ ਤੁਹਾਡੇ ਪਿੰਡ। ਮੇਰੀ ਗੱਲ ਸੁਣ, ਤੁਹਾਡੇ ਪਿੰਡ ਦਾ ਮੁੱਖ ਮੰਤਰੀ ਹੋਵੇ, ਤੁਹਾਨੂੰ ਪੁਲਸ ਕਿਵੇਂ? ਲੈ ਜਰਾ ਉਹਦਾ ਕਿੱਥੇ ਬੈਠਾ? ਕੌਣ? ਭਗਵੰਤ ਮਾਨ। ਲੈ ਇਹ ਕੋਈ ਨਹੀਂ, ਪਿੰਡ ਤਾਂ ਜੋ ਸਭ ਸਾਰੇ ਮੁੱਖ ਮੰਤਰੀ ਤੁਸੀਂ। ਮੁੱਖ ਮੰਤਰੀ ਤਾਂ ਹੈਗਾ ਭਾਈ, ਫਿਰ ਪਿੰਡ ਦਾ ਤਾਂ ਕਹਿੰਦੇ ਉਹ ਉਧਰ ਬਾਲ ਸਾਹਿਬ ਵਾਲੇ ਪਾਵਾਂ ਵੀ ਸਾਰੇ ਕੋਲ ਮੁਕਮਾ ਕੇ ਵੋਟਾਂ ਉਹਨੂੰ। ਹਾਂ, ਅੱਛਾ ਜੀ, ਵੋਟਾਂ ਪਾਵਾਂਗੇ। ਮੁੱਖ ਮੰਤਰੀ ਸਾਡਾ ਹੈਗਾ ਭਗਵੰਤ ਸਿੰਘ। ਠੀਕ ਹੈ, ਅਸੀਂ ਤਾਂ ਕਹਿੰਦੇ ਵੀ ਜਿੰਨਾ ਚਿਕਰ ਅਸੀਂ ਜੋਵਾਂਗੇ ਉਹਨਾਂ ਚਿਕਰ ਅਸੀਂ ਇਹਨੂੰ ਹਰਨੀ ਨਹੀਂ ਦਿੰਦੇ ਗਾਹਾਂ ਉਹਦੀ ਕਿਸਮਤ। ਅੱਛਾ, ਠੀਕ ਹੈ, ਪੂਰੀ ਠਾਣੀ ਆ 70 ਸਾਲ ਆ ਬਾਦਲ ਵਰਗੇ ਛਕ ਛਕਈਆ ਕਰਕੇ ਇਹਨਾਂ ਨੇ ਕੀ ਕਰਿਆ ਤੁਸੀਂ ਦੱਸ ਦਿਓ, ਤੁਹਾਡੇ ਤਾਂ ਏਰੀਏ ਦਾ ਕੀ ਕਰਿਆ ਤੁਹਾਡੇ? ਉਹਦਾ ਕਹਿੰਦੇ ਰਾਜਨੀਤਿਕ ਸੇਵਾ ਦਾ ਨਾਂ ਦਿੱਤਾ ਜੀ। ਸੇਵਾ ਕਾਹਦੀ ਹੈ? ਸੇਵਾ ਕਾਹਦੀ ਆ? ਛਕਣ ਛਕਾਉਣ ਦੀ ਸੇਵਾ ਤੀ, ਹੋਰ ਕਾਹਦੀ ਸੇਵਾ ਹੈ? ਸੇਵਾ ਬਾਹਮਣਾਂ ਨੂੰ ਜੱਗ ਕਰਿਆ ਤੀ ਉਹਨੇ, ਕੀ ਕਰਿਆ ਤੀ ਦੱਸ, ਕਾਹਦੀ ਸੇਵਾ ਕਰੀ ਹੈ ਭਾਈ? ਉਹ ਤੂੰ ਦੱਸ ਦੇ। ਉਹ ਕਹਿੰਦਾ ਏਮਜ ਲਿਆਂਦਾ ਬਠਿੰਡੇ, ਉਹ ਸੜਕਾਂ ਬਣਾਈਆਂ, ਪੁਲ ਬਣਾਏ। ਪੁਲ ਬਣਾਏ? ਕੁਛ ਨਹੀਂ ਬਣਾਏ ਭਾਈ, ਅਸੀਂ ਤਾਂ ਵੋਟਾਂ ਕੋਈ ਖੈਰੇ ਖੂਰੇ ਨੂੰ ਅਸੀਂ ਕਿਸੇ ਨੂੰ ਜਾਣਦੇ ਨਹੀਂ। ਸਿਮਰਜੀਤ ਮਾਨ ਕੋਈ ਅਸੀਂ ਮਾਨ ਮੂਨ ਨੂੰ ਨਹੀਂ ਜਾਣਦੇ। ਜਿੱਤਿਆ ਇੱਥੋਂ ਸੰਗਰੂਰ 'ਚ 22 'ਚ 2 ਸਾਲ ਪਹਿਲਾਂ ਹੀ? ਸਾਡੇ ਤਾਂ ਪਹਿਲਾਂ ਜਿੱਤਿਆ ਹੋਊਗਾ ਬਾਈ। ਕਿਉਂ ਉਦੋਂ ਕਿਉਂ ਜਿੱਤਾ ਫਿਰ ਤੁਸੀਂ? ਅਸੀਂ ਨਹੀਂ ਪਾਈ, ਮੈਂ ਤਾਂ ਪਾਈ ਨਹੀਂ ਆਪਦੇ ਹੱਥਾਂ। ਅੱਛਾ, ਆਹ ਸਾਡੇ 5-4 ਬੰਦੇ ਤੇ ਉਹਦੇ ਕਨੀ, ਹੁਣ ਵੀ ਹੋਣਗੇ 5 ਹੀ ਨੇ।
ਆਹੋ ਜਿੱਤਿਆ ਤਾਂ ਉਦੋਂ ਨੀ ਜਿੱਤਿਆ, ਉਦੋਂ ਕਿਉਂ ਜਿੱਤ ਗਿਆ ਸਰਕਾਰ ਸੀਗੀ? ਬਸ ਕੁਦਰਤ ਨੀ ਜਿੱਤ ਗਿਆ ਬਸ। ਇਹ ਬਾਈ ਅਸੀਂ ਤਾਂ ਪਾਵਾਂਗੇ, ਸਾਡਾ ਮੁੰਡਾ ਇਹ ਸਾਡੇ ਹੱਥਾਂ 'ਚ ਜੰਮਿਆ, ਜਿੰਨਾ ਚਿਕਰ ਸਾਤੋਂ ਵਾਅਦਾ ਲਗੋ ਉਨਾ ਚਿਰ ਇਹਨੂੰ, ਜਿੰਨਾ ਖੜਾ ਉਨਾ ਚਿਰ ਇਹਨੂੰ ਪਾਵਾਂਗੇ। ਹਾਂ, ਬੀਜੇਪੀ ਵਾਲਿਆਂ ਦਾ ਕਿਵੇਂ ਲੱਗਦਾ? ਅਸੀਂ ਤਾਂ ਕਿਸੇ ਬੀਜੇਪੀ ਵਾਲੇ ਨੂੰ ਜਾਣਦੇ ਨਹੀਂ, ਮੈਂ ਤਾਂ ਉਹਨਾਂ ਤੋਂ ਹੀ ਵਿਰੋਧ ਹਾਂ। ਉਹ ਆਪਣੇ ਪੰਜਾਬ 'ਚ ਤਾਂ ਉਹਨਾਂ ਦਾ ਹੱਕ ਹੀ ਨਹੀਂ ਬਣਦਾ ਹੈਗਾ। ਬਸ ਫਿਰ ਉਹਨਾਂ ਦਾ ਆਪਣੇ ਨਾਲ ਕੋਈ ਲਿੰਕ ਨਹੀਂ ਬਾਈ, ਨਾ ਕਿਤੇ ਬੀਜੇਪੀ ਵਾਲੇ ਨੂੰ ਪਾਈਏ, ਨਾ ਕਿਸੇ ਨੂੰ ਹੋਰ ਪਾਈਏ, ਅਸੀਂ ਆਪਦਾ ਜਵਾਕ ਹੈ ਸਾਡੇ ਨੂੰ ਪਾਵਾਂਗੇ। ਪਹਿਲਾਂ ਕਾਂਗਰਸ ਦਾ ਰਾਜ ਸੀਗਾ ਜੀ, ਕਿੰਨੇ ਕੰਮ ਹੋਇਆ ਏਰੀਏ 'ਚ? ਕੋਈ ਡਾਲ ਨਹੀਂ ਹੋਇਆ, ਕੋਈ ਕੰਮ ਨਹੀਂ ਹੋਇਆ ਭਾਈ। ਅੱਛਾ ਅੱਛਾ, ਕਿਵੇਂ ਕਿਵੇਂ ਹੁਣ ਨਜ਼ਾਰੇ ਆਏ? ਹੁਣ ਨਜ਼ਾਰੇ ਆਏ ਜੀ। ਹੈਂ, ਨਜ਼ਾਰੇ ਕਿਵੇਂ ਆ ਗਏ? ਨਜ਼ਾਰੇ ਆ ਗਏ, ਸਾਰਾ ਕੁਛ ਪੈ ਗਿਆ ਅੱਗੇ, ਇੱਥੇ ਕੁਛ ਨਹੀਂ ਪੈਂਦਾ ਜੀ। ਹੋਰ ਪਹਿਲਾਂ ਫਿਰ ਸਿੱਧਾ ਹੀ ਸੀਗਾ। ਅੱਛਾ, ਹੁਣ ਪੱਖੇ ਵੀ ਲਾ ਦੇ ਨਾ, ਸਾਰੇ ਕੰਮ ਲਾ ਤੇ ਜੀ, ਸਾਰੇ ਪਾਸੇ ਪੱਖੇ ਲਾ ਦੇ ਨਾ। ਹਾਂ, ਗਊਸ਼ਾਲਿਆਂ ਦੀ ਗਾਂ ਆ ਵੀ ਪਾ ਪਾ ਤਾ, ਸਾਰਾ ਕੁਛ ਕਰੀ ਜਾਂਦਾ। ਦੂਜੇ ਪਰਿਵਾਰਕ ਮੈਂਬਰ ਹੈ ਮੁੱਖ ਮੰਤਰੀ ਸਾਹਿਬ ਦੇ, ਤੇ ਉਹ ਵੀ ਮਿਲਦੇ ਰਹਿੰਦੇ ਲੋਕਾਂ? ਹਾਂਜੀ ਹਾਂ, ਉਹ ਵੀ ਰਹਿੰਦੇ, ਉਹਦੀ ਬੀਬੀ ਹੈ ਇਕੱਲੀ, ਬੀਬੀ ਇੱਥੇ ਰਹਿੰਦੀ। ਅੱਛਾ, ਉਹ ਵੀ ਦੁੱਖ ਸੁੱਖ 'ਚ ਆਉਂਦੇ ਰਹਿੰਦੇ? ਹੈ, ਆਉਂਦੇ ਜਾਂਦੇ ਰਹੇ ਜੀ। ਅੱਛਾ, ਦੁੱਖ ਸੁੱਖ ਜਦੋਂ ਦੇਖਿਆ ਤਾਂ ਉਹਨੇ ਤਾਂ ਉਰੇ ਆਉਣਾ ਹੀ ਆਉਣਾ, ਇਹਦੀ ਮਾਂ ਨਹੀਂ ਸਮਝਦਾ, ਆਪ ਵੀ ਆਉਂਦਾ ਭਗਵੰਤ ਜਦੋਂ ਕਿਸੇ ਦੇ ਹੁੰਦਾ ਮਾੜਾ ਮੋਟਾ ਭਾਈ। ਅੱਛਾ, ਸੌਖਾ ਹੀ ਮਿਲ ਜਾਂਦੇ? ਹਾਂ, ਮਿਲ ਜਾਂਦੇ ਸੌਖੇ, ਸੁਰੱਖਿਆ ਵਾਲੇ ਕਰਮੀ ਸਿੱਖਿਆ? ਨਾ, ਸਾਨੂੰ ਤਾਂ ਕੋਈ ਨਹੀਂ ਰੋਕਦਾ ਜੀ। ਅੱਛਾ, ਅਸੀਂ ਉਹਨਾਂ ਨੂੰ ਜਾਣਦੇ ਹਾਂ, ਪੁਲਿਸ ਵਾਲਿਆਂ ਨੂੰ, ਸਾਡੀ ਮੁੰਡੇ ਨੇ ਉਹ ਵੀ, ਉਹਨਾਂ ਨੂੰ ਕਹਿੰਦੇ ਵੀ ਅਸੀਂ ਜਾਣਾ ਅੰਦਰ, ਕਹਿਣਗੇ ਵਗ ਜਾਓ ਭਾਈ। ਹਾਂ, ਐਤਕੀ ਲੱਗਣਾ ਕੀ ਹੈ ਜੀ, ਅਸੀਂ ਪਿੰਡਾਂ ਨੂੰ ਕਰਾਂਗੇ। ਅੱਛਾ, ਹਾਂ, ਇਹਦੇ ਮਗਰੀ ਪਾਵਾਂਗੇ, ਪਿੰਡ ਦਾ ਕਰਕੇ, ਪਿੰਡ ਦਾ ਕਰਕੇ ਲਾ ਲਓ, ਕੰਮਾਂ ਕਰਕੇ ਲਾ ਲਓ। ਅੱਛਾ, ਸਾਡੇ ਕੰਮ ਸਿੱਟ ਕਰੀ ਜਾਂਦੇ, ਕਹਿੰਦੇ ਤੁਸੀਂ ਸਾਰੇ ਕੰਮ ਆਪਦੇ ਏਰੀਏ 'ਚ ਨਾ ਕਰਾ ਜਾਓਗੇ, ਤਾਂ ਬਠਿੰਡਾ ਹੋਰ ਸਾਰੇ ਪਾਸੇ ਰਹਿ ਜਾਏ। ਐਂ ਨਾ ਹੋ ਜਾਏ ਵੀ ਪਿੰਡ ਦਾ ਮੁੱਖ ਮੰਤਰੀ ਜੀ ਤੁਹਾਡਾ ਕੰਮ ਰਹਿ ਕਿਵੇਂ ਗਿਆ, ਅਸੀਂ ਐਂ ਕਰਾਉਂਦੇ ਹਾਂ। ਅੱਛਾ, ਹਾਂ ਵੀ ਤੁਹਾਡਾ ਕੰਮ ਕਿਵੇਂ ਰਹਿ ਗਿਆ ਤੁਹਾਡਾ ਮੁੱਖ ਮੰਤਰੀ ਜੀ? ਅੱਛਾ, ਹਾਂ, ਆਹ ਦੇਖੋ ਸਾਡਾ ਬੰਦਿਆਂ ਵਾਸਤੇ ਪਾਰਕ ਬਣਾਤਾ, ਉਹ ਗਊਸ਼ਾਲਾ ਨੂੰ ਪਾਤਾ, ਸਕੂਲ 'ਚ ਜਾ ਕੇ ਦੇਖੋ ਭੁੱਖ ਲੈਂਦੀ ਹੈ, ਆਲੇ ਦੁਆਲੇ ਪਿੰਡ ਦੇ ਸ਼ੈੱਡ ਪਾਏ ਪਏ ਨੇ, ਉੱਧਰਲਾ ਦਰਵਾਜ਼ੇ ਦੋ ਨੇ, ਸਾਡੇ ਪਰਲੇ ਦਰਵਾਜ਼ੇ ਜਾ ਕੇ ਦੇਖ ਲਓ, ਆਹ ਇਹੋ ਜਿਹਾ ਬੈਰਿੰਗਾਂ ਜਿਹਾ ਬਣਾ ਕੇ ਜਾਲ, ਉਹਦਾ ਇੱਦੂ ਬੜਾ ਵਧੀਆ ਬਣਾਇਆ, ਨਾਲੇ ਅੰਦਰਲੇ ਪਾਸੇ ਨਾਲੇ ਬਾਹਰਲੇ ਪਾਸੇ, ਮਤਲਬ ਉਹਦੇ ਘਰ ਦੇ ਨੇੜੇ ਕਰਕੇ ਲਾ ਲਓ, ਜੇ ਕੁਛ ਵੀ ਕਰ ਲਓ ਪਿੰਡ 'ਚ ਖੁਸ਼ਕੀ ਘੱਟਦੀ। ਮੁੱਖ ਮੰਤਰੀ ਸਾਹਿਬ ਨੇ ਪਹਿਲੀ ਗੱਲ ਤਾਂ ਇਹ ਹੈ, ਪਾਣੀ ਦਾ ਸਾਧਨ ਕਰਿਆ, ਅੱਛਾ, ਸਾਰੇ ਪੈਪ ਦਬਾ ਤੇ, ਪਾਣੀ ਪੀਣ ਵਾਲਾ ਨਾ ਜੀ, ਆਹ ਕੱਸੀ ਦਾ ਨਹਿਰੀ ਵੀ ਮੋਟਰਾਂ ਨਾਲ ਬੋਰ ਡੂੰਘੇ ਜਾਈ ਜਾਂਦੇ ਨੇ ਖੇਤਾਂ ਵਾਸਤੇ, ਖੇਤਾਂ ਵਾਸਤੇ, ਦੂਜੇ ਸਿਰੇ ਲਾਈਟ ਕਰਨੀਆਂ ਦੁੱਖ ਤੋੜ ਤੇ, ਉਹ ਕਹੇਗੇ ਕਿ ਕੋਲਾ ਨਹੀਂ ਮਿਲਦਾ, ਕੋਲਾ ਬੰਦ ਹੋ ਗਿਆ, ਜਦੋਂ ਜੀਰੀ ਦੀ ਪੌਦ ਪੱਟਣ ਲੱਗੇ ਉਦੋਂ ਲਾਈਟ ਨੂੰ ਕੱਟ ਲੱਗ ਜਾਂਦੇ, ਹਾਂ ਲੱਗਦੇ। ਫਿਰ ਹੁਣ ਕਿਤੇ ਕਦੇ ਵਗਜੀਏ, ਚਾਹੇ ਜਵਾਕ ਨੇ ਪਾਣੀ ਪੀਣਾ ਤਾਜ਼ਾ ਪੀਂਦਾ ਕੱਢ ਕੇ, ਹਰ ਵਕਤ ਲਾਈਟ ਚੱਲਦੀ ਦੀ ਚੱਲ, ਚੌਵੀ ਘੰਟੇ ਮੰਗੂ, ਰਾਤ ਨੂੰ ਕਿਸੇ ਨੇ ਚਲਾਉਣੀ ਨਹੀਂ, ਦਿਨੇ ਦਿਨੇ ਜਾ ਕੇ ਤਾਂ ਹੱਥਣੇ ਬੰਦ ਕਰੇ, ਉਹਨੇ ਤੜਕੇ ਚਲਾ ਲੈਂਦੇ, 2 ਸਾਲ ਹੋ ਗਏ ਸਾਡੇ ਸੁਰਖਤ ਕਾਰ ਕੇ। ਅੱਛਾ, ਹਾਂ, ਪ੍ਰਾਈਵੇਟ ਬੰਦੇ ਨੇ ਕਿਸੇ ਨੇ ਤੰਗ ਨਹੀਂ ਕਰੇ, ਨਾ ਪੁਲਿਸ ਮਹਿਕਮੇ ਨੇ, ਨਾ ਬਿਜਲੀ ਮਹਿਕਮੇ ਨੇ, ਹਰੇਕ ਬੰਦਾ ਜਿਵੇਂ ਤੁਸੀਂ ਮਿੱਠੀ ਬੋਲੀ ਬੋਲੋ ਐਂ ਬੋਲਦਾ ਗਿਆ ਨੂੰ, ਪਹਿਲਾਂ ਕਹਿੰਦੇ ਇਹਦਾ ਕੀ ਮਤਲਬ ਮਸਲਾ ਹੱਲ ਸਾਡੇ ਲਵੇ ਕੀ ਹੈ, ਕਹਾਂ ਜਾਓ ਵੋਟ ਪਾਉਣੇ ਹੁੰਦੇ ਹੋ? ਵੋਟ ਜਿੱਤ ਮੈਨੇ ਪਾ ਵੀ ਦੇਣਾ ਨਹੀਂ ਨਹੀਂ ਸੀ। ਅੱਛਾ, ਅਤੇ ਮੁੱਖ ਮੰਤਰੀ ਸਾਹਿਬ ਤੁਹਾਡੇ ਪਿੰਡ ਦੇ ਨੇ? ਹਾਂ, ਆਉਂਦੇ ਰਹਿੰਦੇ ਨੇ ਵਾਧੂ। ਅੱਛਾ, ਕੰਮ ਕਾਰ ਉਹਨਾਂ ਦੇ ਆਉਣ ਨਾਲ ਕੀ ਬਦਲਿਆ ਪਿੰਡ ਦਾ? ਬਹੁਤ ਵਧੀਆ ਸਕੂਲ ਬਣਾਤਾ, ਸਾਰਾ ਨਵਾਂ, ਸਾਰਾ ਦੇੜ ਕਹਿਣਾ ਨਵਾਂ ਬਣਾਤਾ, ਵਧੀਆ ਨਵੇਂ ਸਿਰੋਂ ਬਣਾਤਾ, ਆਹ ਛੱਡ ਮਾਤਾ।
ਫਾਇਦਾ ਹੁੰਦਾ ਹੀ ਹੈ ਜਿਵੇਂ ਬਾਦਲ ਸਾਹਿਬ ਸੀਗੇ ਅਤੇ ਬਾਦਲ ਪਿੰਡ ਦਾ ਫਾਇਦਾ ਹੋਇਆ ਹੈ ਨਾ, ਹੁੰਦਾ ਹੀ ਉਹ ਏਰੀਏ ਦਾ ਹੀ ਹੋ ਜਾਵਾਂਗਾ, ਏਰੀਏ ਦਾ ਹੋਇਆ ਹਾਂ, ਸੰਗਰੂਰ ਜ਼ਿਲ੍ਹੇ ਨੂੰ ਵੀ ਵਧੀਆ ਹੋ ਜੂ, ਵਧੀਆ ਹੋ ਜੂ। ਅਤੇ ਐਤਕੀ ਫਿਰ ਉਹਨਾਂ ਦੇ ਮੀਤ ਹੇਅਰ ਲੜ ਰਹੇ ਨੇ ਆਮ ਆਦਮੀ ਪਾਰਟੀ ਵੱਲੋਂ, ਕੀ ਸਥਿਤੀ ਲੱਗਦੀ ਹੈ ਆਪ ਵਾਲਿਆਂ ਦੀ? ਵੀ ਦੇਖੋ ਐਂ ਕੁਛ ਕਹਿ ਨਹੀਂ ਸਕਦੇ ਸਰ, ਪਤਾ ਨਹੀਂ ਲੱਗਦਾ। ਖਹਿਰਾ ਸਾਹਿਬ ਆਏ ਪਿੰਡ ਫਿਰ? ਨਾ, ਇਹਦਾ ਕੋਈ ਨਹੀਂ ਆਇਆ, ਬੱਚਾ ਵੀ ਪਹਿਲੀ ਵਾਰ ਆਇਆ, ਕੋਈ ਨਹੀਂ ਆਇਆ। ਸਿਮਰਜੀਤ ਮਾਨ ਉਹ ਵੀ ਨਹੀਂ ਆਇਆ ਹੁਣ ਤਾਂ, ਇਹ ਪਹਿਲਾਂ ਤਾਂ ਆਇਆ ਸੀ ਕਿਰਾਂ, ਉਹ ਆਇਆ ਤੇ ਮਤਲਬ ਵੋਟਾਂ ਤੋਂ ਪਹਿਲਾਂ ਦੀ ਗੱਲ ਆ। ਐਤ ਕੀ ਲੱਗਦਾ ਫਿਰ? ਦੇਖੋ ਵੀ ਕੁਛ ਨਹੀਂ ਕਹਿ ਸਕਦੇ ਸਰ, ਜਿਵੇਂ ਤੁਸੀਂ ਖਬਰਾਂ ਸੁਣਦੇ ਹੋ ਬੀਜੇਪੀ ਵਾਲਿਆਂ ਦਾ ਜਿਹੜਾ ਹੈ, ਖਬਰਾਂ ਸੁਣਨ ਵਾਲੇ ਤੁਸੀਂ ਨਹੀਂ, ਕਿਸਾਨ ਵਿਰੋਧ ਕਰ ਰਹੇ ਬੀਜੇਪੀ ਦਾ? ਹਾਂ, ਬੀਜੇਪੀ ਦਾ ਤਾਂ ਕਰਾਂਗੇ ਵਿਰੋਧ, ਸਾਰੇ ਕਰਾਂਗੇ, ਕਰਨੇ ਹਾਂ, ਉਹ ਤਾਂ ਕਰਾਂਗੇ, ਬੀਜੇਪੀ ਦਾ ਵਿਰੋਧ ਕੋਈ ਹੈ। ਅੱਛਾ, ਪੰਜਾਬ 'ਚ ਤਾਂ ਉਹਨਾਂ ਨੂੰ ਕੁਛ ਨਹੀਂ ਮਿਲਣਾ ਬੀਜੇਪੀ ਨੂੰ ਤਾਂ, ਠੀਕ ਹੈ, ਕੀ ਕਹਿਣਾ, ਕਦੀ ਸੀਟ ਲੈ ਜਾਣਾ ਮੁਸ਼ਕਿਲ ਆ ਸਰ। ਮੁੱਖ ਮੰਤਰੀ ਸਾਹਿਬ ਦੇ ਤੁਹਾਡੇ ਪਿੰਡ ਦੇ ਆ, ਕੀ ਫਾਇਦਾ ਹੋਇਆ? ਫਾਇਦਾ ਬਹੁਤ ਆ ਜੀ, ਬਹੁਤ ਕੰਮ ਕਰੀ ਜਾਂਦਾ। ਕੀ ਕੁਛ ਬਣਾਇਆ? ਆਹ ਸਕੂਲ ਬਣਾਤਾ, ਇੱਧਰ ਉਹ ਬਣਾਤਾ, ਪੈਲਸ, ਉਹ ਉੱਧਰ ਹਸਪਤਾਲ ਬਣਾਤਾ, ਠੀਕ ਹੈ, ਬਹੁਤ ਕੰਮ ਕਰੀ ਜਾਂਦਾ, ਠੀਕ ਹੈ। ਦੂਜੇ ਪਾਰਟੀਆਂ ਵਾਲੇ ਆਉਂਦੇ ਇੱਥੇ ਫਿਰ? ਕੋਈ ਨਹੀਂ ਆਉਂਦਾ, ਕੋਈ ਨਹੀਂ ਆਇਆ, ਕੋਈ ਬੱਚਾ ਨਹੀਂ ਆਇਆ। ਸਿਮਰਜੀਤ ਮਾਨ? ਨਾ ਜੀ, ਪਹਿਲਾਂ ਆਇਆ ਸੀ, ਖਾਸਾ ਚਿਰ ਦੀ ਗੱਲ, ਹੁਣ ਨਹੀਂ ਆਇਆ ਕੋਈ। ਬੀਜੇਪੀ ਵਾਲਾ ਕੋਈ? ਨਾ ਨਾ, ਸੰਗਰੂਰ ਤੋਂ ਇਹ ਜਿੱਤਣਗੇ ਭਗਵੰਤ ਮਾਨ ਕੇ ਜੀ। ਮੀਤ ਹੇਅਰ? ਹਾਂ ਜੀ ਹਾਂ। ਸੁਖਪਾਲ ਖਹਿਰੇ ਦਾ ਕਿਵੇਂ ਲੱਗਦਾ? ਉਹਨਾਂ ਨੂੰ ਨਹੀਂ ਪੈਂਦੀ ਵੋਟ ਜੀ, ਇਹਨਾਂ ਦੇ ਗੋਰੀ ਹੋਰੀ ਇੱਧਰ ਆ ਗਏ ਨਾ। ਅੱਛਾ ਹਾਂ, ਉਹਨਾਂ ਦਾ ਫਾਇਦਾ ਹੋਊ, ਇਹਨਾਂ ਦਾ ਫਾਇਦਾ ਹੋਊਗਾ। ਸਿਮਰਜੀਤ ਮਾਨ? ਉਹਨਾਂ ਦਾ ਉਹਨੂੰ ਪੈਂਦੀ ਵੋਟ, ਪਹਿਲਾਂ ਵੀ ਨਹੀਂ ਪਈ, ਉਦੋਂ ਤਾਂ ਉਦੋਂ ਹੋਰ ਪਾਸੇ ਪੈ ਗਈ ਤੀਆਂ, ਆ ਜਿਵੇਂ ਧੂਰੀ ਧਾਰੀ ਤੋਂ ਪੈ ਗਈਆਂ ਤੀਆਂ, ਹੁਣ ਨਹੀਂ ਪੈਂਦੀਆਂ। ਅੱਛਾ ਹਾਂ ਹਾਂ, ਪੱਕਾ। ਕਾਰਨ? ਕਾਰਨ ਤਾਂ ਇਹਦੇ ਕਰਕੇ, ਗੋਰੜੀ ਕਰਕੇ ਨਹੀਂ, ਮੁੱਖ ਮੰਤਰੀ ਸਾਹਿਬ ਨੇ ਕੰਮ ਕਰਾਇਆ ਇੱਧਰ ਫਿਰ? ਹਾਂ, ਸਾਡੇ ਫੁੱਲ ਕੰਮ ਨੇ। ਅੱਛਾ, ਸਾਡੇ ਫੁੱਲ ਕਰਵਾਇਆ, ਕੱਸੀ ਦਾ ਪਾਣੀ ਆ ਗਿਆ, ਪੈਲਸ ਪੈ ਗਈ, ਆਹ ਬੁੜਿਆਂ ਦੇ ਬੈਠਣ ਨੂੰ ਪੈ ਗਿਆ ਸਾਰਾ ਕੁਛ। ਹਾਂ ਹਾਂ, ਹੁਣ ਹੋਇਆ, ਉਹ ਉਧਰਲੇ ਪਾਸੇ ਜਾਇਓ, ਉੱਧਰ ਬਹੁਤ ਵਧੀਆ ਪਿਆ ਹੋਇਆ, ਉੱਧਰ ਦੇਖ ਕੇ ਆਏ ਹਾਂ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਟਾਈਲਾਂ ਵਗੈਰਾ ਲਾਈਆਂ ਸਾਰੀ ਹੁਣ ਲਾਈਆਂ, ਇਹ ਤਾਂ ਪਹਿਲਾਂ ਲੱਗੀਆਂ ਹੋਈਆਂ ਨੇ, ਪਹਿਲਾਂ ਨਹੀਂ, ਇਹ ਆਹ ਬਣਾਇਆ ਗਾ, ਇੱਧਰ ਵੀ ਬਣਾਇਆ ਗਾ, ਗਾਹਾਂ ਵਾਲੇ ਪਾਸੇ। ਅੱਛਾ ਹਾਂ ਜੀ, ਬਹੁਤ ਸਾਰੇ ਕੰਮ ਕਰਤੇ ਜਿੰਨੇ ਹੈਗੇ ਤੇ, ਹਾਂ ਫੁੱਲ ਕੰਮ ਕਰੇ ਨੇ। ਬੀਜੇਪੀ ਦਾ? ਬੀਜੇਪੀ ਨੂੰ ਨਹੀਂ ਵੋਟ ਪੈਂਦੀ ਬਾਈ, ਸਾਡੇ ਤਾਂ ਪੈਂਦੀ ਨਹੀਂ, ਹੋਰ ਤਾਂ ਆਪਾਂ ਪਿੰਡਾਂ ਦਾ ਕਹਿ ਨਹੀਂ ਸਕਦੇ। ਅੱਛਾ ਹਾਂ, ਸਾਡੇ ਨਹੀਂ ਪੈਂਦੀ, ਹੋਰ ਹੋਰ ਪਾਰਟੀ ਨੂੰ ਕਿਸੇ ਨੂੰ ਨਹੀਂ ਪੈਂਦੀ। ਇਹ ਜਿਹੜੇ ਬਜ਼ੁਰਗਾਂ ਦੇ ਬੈਠਣ ਵਾਲੇ ਕਿੰਨੇ ਬਣਾਏ ਆ? ਇਹ ਦੋ ਤਿੰਨ ਥਾਵੇਂ ਬਣਾ ਤੇ, ਤਿੰਨ ਥਾਵੇਂ ਪੈਂਦੇ ਨੇ। ਹੋਰ ਕੰਮ ਧੰਦੇ ਕੀ ਕਰਵਾਏ ਹੋਰ ਬਾਈ? ਜਿਹੜੇ ਹੈਗੇ ਤੇ ਲੋਕਾਂ ਤੋਂ, ਪਟਵਾਰੀਆਂ ਪਟਵੂਰੀਆਂ ਤੋਂ, ਹੋਰ ਸਾਰੇ ਬਣਦੇ ਨੇਗੇ ਸਾਡੇ ਪਿੰਡ ਦੇ ਤਾਂ, ਹੋਰ ਪਿੰਡਾਂ ਦੇ ਵੀ ਆ, ਨਹਿਰੀ ਪਾਣੀ ਸਾਰੇ ਭੇਜਤਾ, ਪਹਿਲਾਂ ਆਉਂਦਾ ਨਹੀਂ ਸੀ ਨਾ, ਨਾ 20-30 ਸਾਲ ਦੇ ਸੀ, ਜਾਣਦੇ ਵੀ ਨਹੀਂ ਨਹਿਰੀ ਪਾਣੀ ਕੀ ਹੈ। ਹਾਂ, ਜਾਣਦੇ ਮੋਟਰਾਂ ਦੇ ਲਾਉਂਦੇ ਸੀ, ਮੋਟਰ ਲਾਈਟ ਹੀ 6 ਘੰਟੇ ਹੁੰਦੀ ਸੀ ਪਹਿਲਾਂ। ਅੱਛਾ, 6 ਘੰਟੇ 3 ਕੱਟ ਹੈ, ਅਕਾਲੀਆਂ ਦੇ ਰਾਜ 'ਚ ਜੀ, ਅਕਾਲੀਆਂ ਦੇ ਸਾਡੇ ਖੁਦ ਗਰਿੱਡ ਸੀਗਾ, 3 ਕੱਟ ਵਿੱਚ। ਅੱਛਾ ਹਾਂ, 3 ਕੱਟ ਹੁੰਦੇ ਨਾ, ਕਾਂਗਰਸ ਵੇਲੇ ਪੂਰੀ ਆਈ ਹੈ, ਨਾ ਨਾ 6 ਘੰਟੀਆਂ ਇਹਦੇ ਕੋਲ ਹੀ ਨਹੀਂ, ਲਾਈਟ ਹੀ ਨਹੀਂ ਆਉਂਦੀ ਪਰ। ਹਾਂ, ਮੁੱਖ ਮੰਤਰੀ ਸਾਹਿਬ ਨੇ ਕਿੰਨੇ ਕੰਮ ਕਰੇ? ਬਹੁਤ ਜ਼ਿਆਦਾ, ਜਿੰਨੇ ਵੀ ਕਹੇ ਨੇ ਬਹੁਤ, ਹਾਂ ਬਹੁਤ ਜ਼ਿਆਦਾ। ਪਿੰਡ ਵਾਸਤੇ ਵਧੀਆ ਕੀਤੇ? ਵਧੀਆ ਜੀ, ਪਿੰਡ 'ਚ ਅਣਥਾ ਕੋਈ, ਬਹੁਤ ਜ਼ਿਆਦਾ। ਅੱਛਾ, ਕੰਮ ਦੱਸਿਆ ਆਪਣੇ ਤਾਂ ਬਾਲੇ ਕਰੇ ਨੇ ਜੀ।
ਬਹੁਤ ਜ਼ਿਆਦਾ ਕਰਦੇ। ਤੇ ਦੂਜੀਆਂ ਪਾਰਟੀਆਂ ਨੇ ਕਿਵੇਂ ਲੱਗਦੇ ਆ ਬਈ? ਆਏ ਨੇ ਇੰਨੀਆਂ ਨਹੀਂ ਗੱਲਾਂ ਸਾਨੂੰ ਯਾਦ। ਅੱਛਾ, ਪਾਰਟੀਆਂ ਦੀ ਨਹੀਂ ਗੱਲਾਂ, ਅਸੀਂ ਤਾਂ ਸਾਡੇ ਵਿਹੜੇ ਦਾ ਕੰਮ ਕੀਤੇ ਆ ਇੱਥੇ ਮੁੱਖ ਮੰਤਰੀ ਸਾਹਿਬ ਨੇ ਪਿੰਡ 'ਚ। ਪਿੰਡ 'ਚ ਮੱਗੂ ਨੂੰ ਪਤਾ ਹੈਗਾ ਕੀ ਕੰਮ ਕੀਤੇ ਮੁੱਖ ਮੰਤਰੀ ਸਾਹਿਬ ਨੇ ਪਿੰਡ 'ਚ? ਬਹੁਤ ਜ਼ਿਆਦਾ ਵੀਰੇ, ਬਹੁਤ ਸੋਹਣੇ ਕੰਮ ਕੀਤੇ ਨੇ, ਬਹੁਤ ਵਧੀਆ ਲੱਗੇ ਹੋਏ ਨੇ, ਇਕੱਲੇ ਆਪਣੇ ਪਿੰਡ ਵਾਸਤੇ ਨਹੀਂ ਸਾਰੇ ਪਿੰਡਾਂ ਵਾਸਤੇ। ਉਹ ਕਹਿੰਦੇ ਵੀ ਸਾਰੇ ਪਿੰਡ ਹੀ ਮੈਨੂੰ ਇੱਕੋ ਜੀ ਨੇ। ਠੀਕ ਹੈ, ਹਾਂਜੀ, ਸਾਰੇ ਵਧੀਆ। ਹਾਂ, ਸਾਰੇ ਪਿੰਡਾਂ ਨੂੰ ਇੱਕੋ ਜੀ ਨੇ, ਐਵੇਂ ਨਹੀਂ ਹੁਣ ਵੀ ਸਾਡੇ ਪਿੰਡ ਹੀ ਉਹ ਕਰਨਾ, ਸਾਰੇ ਪਿੰਡਾਂ ਨੂੰ ਬਰਾਬਰ ਦੀ ਗ੍ਰਾਂਟ ਦਿੰਦੇ ਨੇ। ਅੱਛਾ, ਇਹ ਸਰਕਾਰ ਆਉਣ ਤੋਂ ਬਾਅਦ ਕੀ ਲੋਕਾਂ ਦੇ ਕੀ ਫਾਇਦੇ ਹੋਏ? ਸਾਡੇ ਜ਼ਿਮੀਂਦਾਰਾਂ ਦੇ ਤਾਂ ਜੀ ਬਹੁਤ ਜ਼ਿਆਦਾ ਫਾਇਦੇ ਹੋ ਗਏ। ਜ਼ਿਮੀਂਦਾਰ ਤਾਂ ਜਿਵੇਂ ਮਰਜ਼ੀ ਰੋਈ ਜਾਣ, ਸਾਨੂੰ ਬਿਜਲੀ ਦਾ ਬਿੱਲ ਜੀ, ਮਤਲਬ ਕਿ ਮੈਨੂੰ ਲਾ ਲਓ, ਮੈਨੂੰ ਬਿੱਲ ਘੱਟੋ ਘੱਟ ਜੀ 70-80 ਹਜ਼ਾਰ ਰੁਪਇਆ ਭਰਨਾ ਪੈਂਦਾ ਜੀ, ਮੈਂ ਇੱਕ ਪੈਸਾ ਨਹੀਂ ਭਰਿਆ, ਜੀਰੋ ਬਿੱਲ ਆਉਂਦਾ ਜੀ। ਦੇਖੋ ਸਾਡਾ ਫਸਲਾਂ ਦਾ ਬਹੁਤ ਵਧੀਆ ਚੱਲਿਆ, ਹੁਣ ਪਾਣੀ ਦਾ ਦੇਖ ਲਓ ਜੀ, ਹੁਣ ਮੱਕੀ ਆਪਣੀ ਮੂੰਗੀ ਬੀਜਣ ਕਣੀ ਉਹ ਲੋਕ ਦੇਖ ਰਹੇ ਸੀ, ਹੁਣ 8 ਘੰਟੇ ਲਾਈਟ ਕਰਤੀ ਜੀ। ਹਾਂ, ਸਾਡੀ ਜ਼ਿਮੀਂਦਾਰਾਂ ਵਾਸਤੇ ਬਹੁਤ ਵਧੀਆ ਜੀ, ਇੱਦੋਂ ਵਧੀਆ ਸਰਕਾਰ ਸਾਨੂੰ ਨਾ ਮਿਲੇ ਨਾ ਕਿਤੇ ਮਿਲਣੀ ਆ। ਅਤੇ ਸੁਖਪਾਲ ਸਿੰਘ ਖਹਿਰਾ ਦਾ ਕਿਵੇਂ ਦੇ ਦਿਓ ਕਾਂਗਰਸ ਵਾਲੇ? ਉਹ ਤਾਂ ਜੀ ਜਵਾਨ ਜ਼ਬਤ ਹੋ ਗਈ ਉਹਦੀ। ਅੱਛਾ, ਹਾਂਜੀ ਹਾਂਜੀ, ਗਰੰਟੀ ਆ, ਲਿਖ ਕੇ ਲੈ ਲਓ। ਧਾਕੜ ਲੀਡਰ ਹੈ, ਜਿੰਨੇ ਮਰਜ਼ੀ ਧਾਕੜ ਆ ਜੀ, ਜਵਾਨ ਤਾਂ ਜ਼ਬਤ ਹੋ ਗਈ ਖਹਿਰਾ ਸਿੰਘ ਦੀ ਜੀ, ਇੱਥੋਂ ਮੀਤ ਹੇਰ ਜੀ ਜਿੱਤਣਗੇ ਪੂਰੀਆਂ ਵਧੀਆ ਵੋਟ। ਸਿਮਰਜੀਤ ਮਾਨ, ਉਹ ਤਾਂ ਜੀ ਬਸ, ਉਹ ਤਾਂ ਜਿਵੇਂ ਚਲੋ ਪਹਿਲਾਂ ਬਜ਼ੁਰਗ ਕਰਕੇ ਲੋਕਾਂ ਨੇ ਵੀ ਚੱਲ ਬਹੁਤ ਚਿਰਦਾ, ਹੁਣ ਤਾਂ 2 ਸਾਲ ਹੋਰ ਬਜ਼ੁਰਗ ਹੋ ਗਏ। ਹਾਂ, ਵੀ ਬਹੁਤ ਚਿਰਦਾ ਵੀ ਤੁਰਿਆ ਫਿਰਦਾ ਯਾਰ, ਵੀ ਕਾਹਦੇ ਵਾਸਤੇ ਇਹਨੂੰ ਵੀ ਇੱਕ ਵਾਰੀ ਦੇ ਦਿਓ, ਹੈ ਨਾ, ਉਹ ਦੇਤਾ ਦੀ ਮੌਕਾ, ਉਹ ਤਾਂ ਸੰਭਾਲਿਆ ਨਹੀਂ ਗਿਆ ਹੈਗਾ। ਨਹੀਂ, ਐਂ ਤੀਜੀ ਵਾਰ ਬਣਿਆ ਉਹ ਤਾਂ। ਨਹੀਂ ਚਲੋ, ਬਾਕੀ ਉਹ ਕਿੰਨਾ ਚਿਰ ਹੋ ਗਿਆ ਫਿਰਦੇ ਨੂੰ ਵਿਚਾਰੇ ਨੂੰ? 1999 ਮੈਂ ਕਿਸੇ ਸਰੂਰ 'ਤੇ ਹੋਇਆ ਸੀਗਾ, ਚਲ ਐਤਕੀ ਲੋਕਾਂ ਨੇ ਉਹਨੂੰ ਕਹਿਤਾ ਵੀ ਚੱਲ ਜਿਤਾ ਦਿਓ ਹੁਣ, ਪਰ ਹੁਣ ਨਹੀਂ। ਕਿਉਂ ਕਹਿੰਦਾ ਫਿਰ ਇੱਥੇ, ਮੰਨ ਲਓ ਜਦੋਂ ਆਮ ਆਦਮੀ ਪਾਰਟੀ ਸਰਕਾਰ ਸੀ, ਲੋਕਾਂ ਨੂੰ ਕੀ ਲੱਗਿਆ ਵੀ ਉਹਨਾਂ ਨੂੰ ਜਿਤਾਉਣਾ ਆਪਾਂ? ਪਤਾ ਕੀ ਆ, ਉਦੋਂ ਲੋਕਾਂ ਨੇ ਥੋੜ੍ਹਾ ਜਿਹਾ ਇੱਕ ਤਾਂ ਸਿੱਧੂ ਮੂਸੇਮਰੇ ਕਰਕੇ ਕਰ ਲਿਆ, ਠੀਕ ਆ, ਉਹਦਾ ਪ੍ਰੈਸ਼ਰ ਹੋ ਗਿਆ। ਇੱਕ ਸਿੱਧੂ ਦਾ ਵੀ ਫਾਇਦਾ ਹੋਇਆ, ਦੀਪ ਸਿੱਧੂ ਦਾ ਵੀ। ਹਾਂ, ਮਤਲਬ ਕਿ ਇਹਨੂੰ ਆਪਣੇ ਲੋਕ ਆਪਣੇ ਧਰਨਿਆਂ ਦੇ ਵਿੱਚ ਇਹ ਖੜ੍ਹੇ ਸੀ, ਇਹਨਾਂ ਨਾਲ ਲੋਕਾਂ ਦਾ ਥੋੜ੍ਹਾ ਮੋਟਾ ਰੋਸਾ ਸੀ, ਕੁਛ ਸਰਕਾਰ ਬਣੀ ਨੂੰ ਥੋੜ੍ਹਾ ਚਿਰ ਹੋਇਆ ਸੀਗਾ, ਲੋਕਾਂ ਨੇ ਦੇਖਿਆ ਨਹੀਂ। ਤੁਹਾਨੂੰ ਪਤਾ ਕਿ ਸਾਡੇ ਸੰਗਰੂਰ ਸੀਟ ਦੇ ਉੱਤੇ ਇਹ ਹੁੰਦਾ ਹੀ ਹੁੰਦਾ, ਇੱਕ ਵਾਰੀ ਹੋਣਾ ਹੀ ਹੋਣਾ, ਵੀ ਉਲਟ ਬੰਦਾ ਹੋਣਾ ਹੀ ਹੋਣਾ। ਹਾਂ, ਅਤੇ ਹੁਣ ਕੀ ਲੱਗਦਾ, ਹੋਰ ਕੀ ਆਸਾਂ ਹੈਗੀਆਂ ਮੁੱਖ ਮੰਤਰੀ ਸਾਹਿਬ ਤੋਂ? ਸਾਨੂੰ ਬਹੁਤ ਵੱਡੀਆਂ ਆਸਾਂ ਨੇ ਜੀ, ਮਤਲਬ ਕਿ ਸਾਡੇ ਬੱਚਿਆਂ ਨੂੰ, ਸਾਡੇ ਬੱਚਿਆਂ ਦਾ ਭਵਿੱਖ ਆ ਜਿਹੜਾ, ਉਹ ਇਹਨਾਂ ਦੇ ਹੱਥ 'ਚ ਆ, ਇਹੀ ਕਰਨਗੇ, ਜਿਹੜਾ ਕੁਛ ਕਰਨਗੇ ਹੋਰ ਨਹੀਂ ਕਰਦੇ ਕੁਛ। ਕਈ ਪਿੰਡਾਂ 'ਚ, ਵੱਖ ਵੱਖ ਪਿੰਡਾਂ 'ਚ ਜਾਂਦੇ ਹਾਂ, ਉਹ ਕਹਿੰਦੇ ਵੀ ਪਹਿਲਾਂ ਵਾਲੀਆਂ ਨੌਕਰੀਆਂ ਜਿਹਦੀਆਂ ਹੁਣ ਇਸ਼ਤਿਹਾਰ ਲਾਈ ਜਾਂਦੇ ਮੁੱਖ ਮੰਤਰੀ ਸਾਹਿਬ ਜਾਂ ਸਰਕਾਰ ਵੀ 40,000 ਪਹਿਲਾਂ ਵਾਲੀਆਂ ਨੌਕਰੀਆਂ? ਇਹ ਤਾਂ ਜੀ ਗੱਲ ਸੁਣੋ, ਇਹ ਤਾਂ ਜੀ ਹੁਣ ਆਪਾਂ ਕਿਸੇ ਦਾ ਮੂੰਹ ਨਹੀਂ ਫੜਿਆ ਜਾਂਦਾ ਜੀ। ਹੁਣ ਤੁਸੀਂ ਐਂ ਦੇਖ ਲਓ ਵੀ ਅੱਜ ਸੁਖਬੀਰ ਬਾਦਲ ਫਿਰਦਾ ਜੀ ਪੰਜਾਬ ਬਚਾਓ, ਉਹਨਾਂ ਨੇ ਪਹਿਲਾਂ ਲੁੱਟ ਕੇ ਖਾ ਲਿਆ ਜੀ 2 ਸਾਲ ਦੇ ਵਿੱਚ, ਆਪਦੀ ਕਬੀਲਦਾਰੀ ਦੀ ਲਾ ਲਾਂ ਜੀ, ਜੇ ਮੇਰੀ ਕਬੀਲਦਾਰੀ ਕੇਰਾਂ ਖਤਮ ਹੋ ਜੇ ਮੈਂ ਸੀਤੀ ਲੋਟ ਨਹੀਂ ਕਰ ਸਕਦਾ ਜੀ। ਇਹ ਤਾਂ ਪੰਜਾਬ ਉਹਨਾਂ ਨੇ ਲੁੱਟਿਆ ਹੋਇਆ ਜੀ, ਇੰਨਾ ਇੰਨਾ ਕਰਜ਼ਾ ਚਾੜਿਆ ਹੋਇਆ ਜੀ, ਇੰਨਾ ਕਰਜ਼ਾ ਚਾੜ ਕੇ ਕੋਈ ਵੀ ਮਾਂ ਪਿਓ ਆਪਾਂ ਨੂੰ ਕਬੀਲਦਾਰੀ ਸੰਭਾਲ ਜੇ, ਕਬੀਲਦਾਰ ਨਹੀਂ ਚੱਲਦੀ ਜੀ। ਠੀਕ ਆ, ਮੁੱਖ ਮੰਤਰੀ ਕਰਾਏ ਕੰਮ ਫਿਰ ਪਿੰਡ 'ਚ? ਪਿੰਡ 'ਚ ਕੰਮ ਵਧੀਆ ਕਰਾਈ ਜਾਂਦਾ। ਅੱਛਾ, ਲਾਈਟਾਂ ਲੁੱਟਾਂ ਲਾਤੀਆਂ ਸਿਆਸ਼ ਫੇਰੇ ਪਿੰਡ ਦੇ, ਜਿਹੜਾ ਕੰਮ ਨੇ ਵਧੀਆ ਚਲਾਈ ਜਾਂਦਾ। ਪਹਿਲਾਂ ਕਦੇ ਨਹੀਂ ਹੋਏ ਕੰਮ ਇਹੋ ਜਿਹੇ? ਪਹਿਲਾਂ ਤਾਂ ਹੁਣ ਕੀ ਹੋਣਾ, ਮਾੜਾ ਮੋਟਾ ਨਾਲੀ ਨੱਪਾ ਬਣ ਗਿਆ, ਕੋਈ ਐਂ ਤਾਂ ਚੱਲਦੇ ਹੀ ਰਹਿੰਦੇ ਨੇ ਪਿੰਡਾਂ 'ਚ, ਹੁਣ ਜ਼ਿਆਦਾ ਹੋਏ ਆ ਨਾ, ਹੁਣ ਕੰਮ ਬਹੁਤ ਹੋ ਗਿਆ। ਦੂਜੀਆਂ ਪਾਰਟੀਆਂ ਵਾਲਿਆਂ ਨੂੰ ਕਿਵੇਂ ਦੇਖਦੇ ਹੋ? ਹੈਂ, ਦੂਜੀਆਂ ਪਾਰਟੀਆਂ ਵਾਲੇ ਕਾਂਗਰਸ, ਸਿਮਰਨਜੀਤ ਸਿੰਘ ਮਾਨ, ਇਹ ਮਾਨ ਮੂਨ ਤਾਂ ਨਾ ਤਾਂ ਜਾਣਦੀ ਆ, ਮਾਨ ਨੂੰ ਪੜ ਕੇ ਤਾਂ ਡੋਲੇ ਪੜ ਉਰੇ ਆਇਆ ਸੀ, 2 ਜਣਿਆਂ ਨੇ ਡੋਲੇ ਪੜ ਕੇ ਤਾਂ ਖੜਾ ਕਰਿਆ ਸੀ, ਉਹ ਕੀ ਉਹ ਕਿ ਉਹਨੂੰ ਆਪ ਹੀ ਸੰਗ ਚਾਹੀਦੀ ਹੈ ਵੀ ਮੈਂ ਬਿਰਧ ਹੋ ਗਿਆ, ਮੈਂ ਕਿ ਛੱਡਾਂ ਹੁਣ ਇਹ। ਅਤੇ ਕਾਂਗਰਸ ਦਾ ਕਿਵੇਂ ਖਹਿਰੇ ਦਾ? ਖਹਿਰੇ ਨੂੰ ਜਾਣਦੇ ਸੁਖਪਾਲ ਸਿੰਘ ਖਹਿਰੇ ਨੂੰ? ਨਾ ਨਾ ਜਾਣਦੇ ਨਹੀਂ। ਨਾ,
ਤੇ ਉਹ ਮੋਦੀ ਵਾਲੀ ਪਾਰਟੀ ਜਿਹੜੀ ਬੀਜੇਪੀ ਬੀਜੇਪੀ ਫੁੱਲ ਵਾਲੀ ਉਹਦਾ ਕਿਵੇਂ ਲੱਗਦਾ? ਫੁੱਲ ਦਾ ਤਾਂ ਮੈਨੂੰ ਪਤਾ ਨਹੀਂ, ਬੀਜੇਪੀ ਦਾ ਮੈਨੂੰ ਤਾਂ ਲੱਗਦੀ ਹੈ ਵੀ ਉਹ ਠੈਂ ਠੈਕ ਪਾਰਟੀ ਹੋਊ ਉਹਦੀ ਇਹਦੀ ਜੀ। ਅੱਛਾ, ਉਹ ਤਾਂ ਮੋਦੀ ਸਾਹਿਬ ਦਾ ਕਹਿੰਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਬਣ ਕਹੀ ਜਾਂਦਾ। ਅੱਛਾ, ਕਹਿੰਦਾ ਤੀਜੀ ਵਾਰ ਮੈਂ ਯਾਨੀ ਉਹਦਾ ਗਾਹਾਂ ਵੀ ਮੂੰਹ ਮਾਰਦਾ, ਪੈਂਤੀ ਥਾਈ ਮੈਂ ਭਾਰਤ ਨੂੰ ਐਂ ਕਰ ਦੂੰ ਮੈਂ ਸਾਰੀਆਂ ਗੱਲਾਂ ਸੁਣਦਾ ਹੁੰਦਾ। ਉਹ ਕਹਿੰਦਾ ਵਧੀਆ ਬਣਾ ਦੂੰ ਭਾਰਤ ਨੂੰ ਵਧੀਆ ਬਣਾ ਦੂੰ ਇੰਡੀਆ ਨੂੰ। ਕਿਵੇਂ ਲੱਗਦਾ ਗੱਲ ਉਹਦੀ? ਠੀਕ ਨਹੀਂ ਲੱਗਦੀ ਗੱਲ ਉਹਦੀ ਮੇਜ਼ ਜੀ ਨੇ। ਉਹ ਤਾਂ ਕਿਤੇ ਨਾ ਕਿਤੇ ਲੀਚੀਆਂ ਮਾਰਦਾ ਉਹ, ਕਈ ਵਾਰੀ ਚਾਲਾਂ ਖੇਡ ਗਿਆ ਉਹ। ਉਦੋਂ ਦੇਖ ਲੜਕੇ ਨੂੰ ਕਰਕੇ ਨੋਟਬੰਦੀ ਕਿੰਨੀ ਦੁਨੀਆ ਹੈਰਾਨ ਹੋਈ ਆ ਉਹਦੇ 'ਚ। ਇਹ ਮੇਰੇ ਗੱਲ ਨਹੀਂ ਯਾਦ ਰਹਿੰਦੀ, ਭੁੱਲ ਜਾਂਦਾ ਮੈਂ। ਲੀਚੀਆਂ ਕਈ ਲੀਚੀਆਂ ਮਾਰ ਗਿਆ ਮੋਦੀ, ਇਹ ਲੋਕਾਂ ਨੂੰ ਭਰਮਾਉਂਦਾ ਫਿਰਦਾ, ਐਂ ਕਰ ਦਿਆਂਗੇ ਜੀ ਐਂ ਕਰ ਦਿਆਂਗੇ। ਇੱਕ ਦਿਨ ਮੇਰਾ ਭਰਾ ਦਵਾਈ ਲੈਣ ਵੱਗ ਗਿਆ ਸੰਗਰੂਰ। ਅੱਛਾ, ਲੇਟ ਹੋ ਗਿਆ ਬਾਰਸ, ਉੱਥੋਂ ਬੱਸ ਲੇਟ ਹੋ ਗਈ। ਹਾਂ ਠੀਕ ਹੈ। ਬੰਦੇ ਪੰਜ ਖੜ੍ਹੇ, ਆਖੇ ਬਾਪੂ ਹੁਣ ਤਾਂ ਰੋਟੀ ਦਾ ਟਾਈਮ ਹੋ ਗਿਆ, ਬੰਦ ਹੋ ਗਿਆ। ਚਲੋ ਕੁਦਰਤ ਉਹ ਬਾਹਰ ਦੇ ਲਵੇ ਖੜ੍ਹਾ ਜੀ, ਕਹਿੰਦੇ ਯਾਰ ਅਸੀਂ ਦੂਰੋਂ ਆਏ ਤੇ। ਕਹਿੰਦਾ ਕਿੱਥੋਂ? ਕਹਿੰਦਾ ਸਟੋਜ ਤੋਂ। ਅੱਛਾ, ਕਹਿੰਦਾ ਬਾਬਾ ਕਏ ਬੰਦੇ ਹੋ? ਪੰਜ। ਕਹਿੰਦਾ ਆਜੋ ਸਾਰੀ ਆਜੋ। ਠੀਕ ਹੈ, ਹੋਰ ਦੱਸੋ ਕੀ ਕਰਨ ਪਿੰਡ ਦਾ? ਮੌਜਾ ਹੋ ਗਿਆ ਫਿਰ ਮੁੱਖਮੰਤਰੀ ਸਾਹਿਬ, ਮੌਜਾ ਹੋ ਗਿਆ, ਸਾਨੂੰ ਤਾਂ ਸੜਕ ਦਿਖਾ ਰੱਖਿਆ ਭਾਈ। ਠੀਕ ਹੈ, ਹਾਂ। ਅਤੇ ਜਿਵੇਂ ਹੁਣ 27 'ਚ ਦੁਬਾਰੇ ਚੋਣਾਂ ਹੋਣਗੀਆਂ, ਫਿਰ ਡਟ ਕੇ ਫਿਰ ਮੁੱਖ ਮੰਤਰੀ ਚਾਹੇ ਕਰਨਾ ਤਾਂ ਤਕਰੀਰ ਨੇ ਕੰਮ ਹੈ, ਪਰ ਪਿੰਡ ਵੱਲੋਂ ਉਹਨੂੰ ਮਾੜਾ ਨਹੀਂ ਕਹਿ ਰਿਹਾ ਮੈਨੂੰ। ਐਤਕੀ ਫਿਰ ਮੀਤਹੇਰ ਸਾਹਿਬ ਨੂੰ ਜਿਤਾ ਕੇ ਭੇਜੋਗੇ? ਹਾਂ, ਦਲੀਲ ਤਾਂ ਬਸ ਅੰਦਰੋਂ ਇਹੀ ਹੈ ਨਾ, ਕਰਨੀ ਭਗਵਾਨ। ਮੀਤਹੇਰ ਸਾਹਿਬ ਆਏ ਇੱਥੇ, ਮੁੱਖ ਮੰਤਰੀ ਸਾਹਿਬ? ਮੰਤਰੀ ਸਾਹਿਬ ਆਉਂਦੇ ਰਹਿੰਦੇ ਨੇ। ਹਾਂ, ਆ ਗੁਰੂ ਘਰ ਖੰਡ ਪਾਠ ਕਰਾ ਗਿਆ ਸੀ ਪਿੱਛੇ ਜੇ। ਅੱਛਾ, ਹਾਂ, ਪਰ ਵੀ ਕਰਾ ਗਿਆ ਸੀ। ਜਿਹੜਾ ਇਲੈਕਸ਼ਨ ਲੜ ਰਹੇ ਮੰਤਰੀ ਆਏ ਨੇ? ਇਹ ਨਹੀਂ ਆਇਆ। ਹਾਂ, ਜਿਹੜਾ ਸੰਗਰੂਰ ਤੋਂ? ਹਾਂ, ਸੰਗਰੂਰ ਤੋਂ ਨਹੀਂ ਆਇਆ, ਉਹ ਨਹੀਂ ਆਇਆ ਐਮਪੀ ਜਿਹੜਾ? ਨਾ ਨਾ, ਉਹ ਨਹੀਂ ਆਇਆ ਐਮਪੀ ਵਾਲਾ ਨਹੀਂ ਆਇਆ। ਆ ਤੁਸੀਂ ਮਗਰ ਸਿਮਾ ਤੇ ਮਾਂ ਨਹੀਂ ਪੁੱਛੀ? ਨਹੀਂ, ਉਹ ਤਾਂ ਆਉਂਦੇ। ਚਲੋ, ਉਹ ਤਾਂ ਆਉਂਦੇ ਹੈ, ਪਿੰਡ ਹੈ ਉਹਦਾ। ਠੀਕ ਹੈ, ਇਹ ਹਜੇ ਸਾਡੇ ਵੋਟਾਂ ਦੀ ਲਹਿਰ ਨਹੀਂ ਕੋਈ ਗੱਲ ਕਰਦਾ ਬੰਦਾ, ਨਾ ਹਜੇ ਲਾਉਣ ਆਈ ਹੈ, ਸਮਾਂ ਹੋਇਆ ਨਹੀਂ ਹਜੇ, ਹੋਇਆ ਸਾਨੂੰ ਤਾਂ ਲਾਸਟ ਦੇਣਗੇ ਇੱਥੇ। ਕਹਿੰਦੇ ਗੱਲਾਂ ਕਹਿ ਕੇ ਮੁੱਕਰ ਜਾਂਦੇ ਮੁੱਖ ਮੰਤਰੀ ਸਾਹਿਬ? ਐਂ ਤਾਂ ਫਿਰ ਹੁਣ ਕਿਲਾਤ ਬਣਦੇ ਨਹੀਂ ਹੁੰਦੇ ਨਾ, ਐਂ ਤਾਂ ਹੁਣ ਕਣਕ ਕੁਣਕ ਦਾ ਕਹੀ ਜਾਂਦੇ ਨੇ, ਐਂ ਕਿਲਾਤ ਬਣਦੇ ਵੀ ਨਹੀਂ ਹੁੰਦੇ ਸਾਰੇ ਕੰਮ ਹੌਲੀ ਹੌਲੀ। ਹਾਂ ਹਾਂ, 5 ਸਾਲਾਂ 'ਚ ਕਰ ਦੂਗਾ ਸਾਰੇ, ਕਰ ਦੂ। ਹਾਂ, ਹਾਲੇ 2 ਸਾਲ ਹੀ ਹੋਏ ਨੇ ਨਾ। ਅੱਛਾ, ਹਾਂ, ਸਾਰੇ ਸਾਰੇ ਕੰਮ ਕਰ ਦੂਗਾ, ਸਾਰੇ ਹੋ ਜਾਣਗੇ ਸਾਰੇ। ਪਿੰਡ ਵਾਲੇ ਫਿਰ ਸਾਰੇ ਆਮ ਆਦਮੀ ਪਾਰਟੀ ਕੇ ਨਹੀਂ ਹੈ ਸਾਰੇ? ਉੱਧਰ ਵੀ ਤੁਸੀਂ ਸੁਣ ਕੇ ਆਏ ਕਰਕੇ, ਹੈਂ, ਮੁੱਖ ਮੰਤਰੀ ਕਰਕੇ ਵੀ ਆ ਸਾਡੇ ਕੰਮਾਂ ਕਰਕੇ, ਹੈਂ, ਕੰਮਾਂ ਕਰਕੇ ਨਹੀਂ ਬਈ, ਹਾਂ, ਕੰਮਾਂ ਕਰਕੇ। ਠੀਕ ਹੈ ਜੀ, ਹੌਲੀ ਹੌਲੀ ਲੈਣ 'ਤੇ ਆਊ ਇਹ 5 ਸਾਲ, ਇਹ ਕੋਈ 5 ਸਾਲਾਂ 'ਚ ਆਉਣ ਵਾਲੀ ਨਹੀਂ, ਇਹ ਦੁਬਾਰੇ CM ਸਾਹਿਬ ਦੁਬਾਰੇ ਫੇਰ ਆਉਣਗੇ। ਹਾਂ, ਉਦੋਂ ਬਾਅਦ ਤੁਹਾਨੂੰ ਪਤਾ ਲੱਗ ਜੂਗਾ ਵੀ ਕੀ ਹੋਇਆ ਕੀ ਨਾ ਹੋਇਆ ਜੀ। 5 ਸਾਲ ਹੋਰ ਆਉਣ ਫੇਰ ਮਸਲਾ ਸਹੀ ਹੋਊ? ਹਾਂ ਜੀ, ਹਾਂ, ਆਉਣਗੇ ਜੀ, ਆਉਣਗੇ ਆਉਣਗੇ, ਹਾਂ, ਪੱਕਾ ਜੀ। ਅਤੇ ਲੋਕ ਕਹਿੰਦੇ ਨਿਰਾਸ਼ ਹੋ ਗਏ ਵੀ 1000 ਰੁਪਏ ਮਾਈਆਂ ਦੇ ਖਾਤੇ, ਬੁੜੀਆਂ ਦੇ ਖਾਤੇ 'ਚ ਨਹੀਂ। ਚਲੋ, ਇੱਕ ਗੱਲ ਹੈਗੀ ਜੀ, ਚਲੋ ਜਿਹੜਾ ਸਾਨੂੰ ਆਹੀ ਚੀਜ਼ਾਂ ਤੋਂ ਭੁੱਸ ਪਿਆ ਹੋਇਆ, ਇਹ ਸਾਨੂੰ ਪਾਇਆ ਤਾਂ ਬਾਦਲਾਂ ਨੇ ਆ, ਮੁਫਤ ਵਾਲੀਆਂ, ਪਰ ਅਸੀਂ ਚਲੋ ਅਸੀਂ ਬੇਨਤੀ ਕਰਦੇ ਹਾਂ ਸਰਕਾਰਾਂ ਨੂੰ ਵੀ, ਮਾਈਆਂ ਨੂੰ ਵੀ, ਹਰੇਕ ਨੂੰ ਅਸੀਂ ਬੇਨਤੀ ਕਰਦੇ ਹਾਂ ਵੀ ਜਿਹੜਾ ਆਪਾਂ ਫ੍ਰੀ ਵਾਲੀ ਚੀਜ਼ ਲੈਂਦੇ ਹਾਂ ਉਹ ਆਪਣੇ 'ਤੇ ਹੀ ਪੈਂਦੀ ਆ, ਲੋਕਾਂ। ਹਾਂ, ਪਰ ਅਸੀਂ ਇਹੀ ਬੇਨਤੀ ਕਰਦੇ ਹਾਂ ਤੁਹਾਡੇ ਚੈਨਲ ਥਰੂ ਸਰਕਾਰਾਂ ਨੂੰ ਵੀ, ਸਾਰਿਆਂ ਨੂੰ ਅਸੀਂ ਅਪੀਲ ਕਰਦੇ ਹਾਂ ਵੀ ਸਾਨੂੰ 2 ਸਹੂਲਤਾਂ ਚਾਹੀਦੀਆਂ ਨੇ, ਜਿਹੜੇ ਮੇਰੇ ਵੀਰ ਭਾਈ ਸੁਣਨਗੇ ਉਹਨਾਂ ਨੂੰ ਵੀ, ਸਾਨੂੰ 2 ਸਹੂਲਤਾਂ ਚਾਹੀਦੀਆਂ ਨੇ, ਪੜ੍ਹਾਈ ਅਤੇ ਮੈਡੀਕਲ, ਹੋਰ ਸਾਨੂੰ ਕੁਝ ਫ੍ਰੀ ਨਹੀਂ ਚਾਹੀਦਾ।
ਹਾਂ ਉਹ ਦੇਣ ਸਾਨੂੰ ਉਹ ਫਾਇਦਾ ਜੀ। ਬੀਜੇਪੀ ਦਾ ਜਿਹੜੇ ਉਹਦੇ ਉਮੀਦਵਾਰ ਹੈਗੇ ਉਹਨਾਂ ਦਾ ਘਰਾਓ ਹੋ ਰਿਹਾ, ਕਿਸਾਨ ਵਿਰੋਧ ਕਰ ਰਹੇ ਆ, ਉਹਨਾਂ ਦਾ ਕਿਵੇਂ ਰਹੂਗਾ? ਬੀਜੇਪੀ ਦਾ ਤਾਂ ਜੀ ਬਹੁਤ ਬੁਰਾ ਹਾਲ ਆਪਣੇ ਪੰਜਾਬ 'ਚ, ਬਹੁਤ ਜ਼ਿਆਦਾ, ਕਿਉਂਕਿ ਤੁਹਾਨੂੰ ਪਤਾ ਜੀ ਬਹੁਤ ਧੱਕਾ ਕੀਤਾ ਬੀਜੇਪੀ ਨੇ, ਬਹੁਤ ਨੁਕਸਾਨ ਕਰਿਆ, ਜਵਾਕ ਮਾਰੇ ਨੇ ਜੀ, ਅਥਰੂ ਗਾਇ ਸਿੱਟੇ ਨੇ, ਬਹੁਤ ਬੁਰਾ ਹਾਲ ਕੀਤਾ ਜੀ। ਬੀਜੇਪੀ ਨੂੰ ਕੋਈ ਸੀਟ ਨਹੀਂ ਹੋਣੀ? ਨਹੀਂ ਕੋਈ ਨਹੀਂ, ਪੰਜਾਬ 'ਚ ਉੱਤੇ ਇਹਨਾਂ 'ਚ ਕੋਈ ਸੀਟ ਨਹੀਂ। ਅਕਾਲੀ ਦਲ ਤਾਂ ਜੀ ਤੁਹਾਨੂੰ ਕੁਛ ਨਹੀਂ ਕਹਿ ਸਕਦੇ, ਅਕਾਲੀ ਦਲ ਵੀ ਖਤਮ ਆ ਜੀ। ਪੰਜਾਬ ਬਚਾਓ ਯਾਤਰਾ ਕੱਟ ਰਹੇ, ਪੰਜਾਬ ਬਚਾਓ ਯਾਤਰਾ 'ਚ ਪਤਾ ਹੀ ਦੱਸਤਾ ਜੀ ਲੋਕਾਂ ਨੂੰ, ਵੈਸੇ ਪੰਜਾਬ ਇਹਨਾਂ ਤੋਂ ਹੀ ਬਚਾਉਣਾ ਜੀ, ਜਿਹੜੇ ਫਿਰਦੇ ਨੇ ਇਹਨਾਂ ਤੋਂ ਹੀ ਬਚਾਉਣਾ, ਇਹ ਆਪ ਹੀ ਦੱਸਦੇ ਨੇ ਪੰਜਾਬ ਬਚਾਓ, ਆਪ ਦੱਸਦੇ ਨੇ ਪੰਜਾਬ ਬਚਾਓ, ਯਾਤਰਾ ਨਹੀਂ ਇਹ ਦੱਸ ਰਹੇ ਨੇ ਪਿੰਡੀ ਪਿੰਡੀ ਜਾ ਕੇ ਵੀ ਸਾਥੋਂ ਪੰਜਾਬ ਬਚਾ ਲਓ। ਠੀਕ ਹੈ, ਹਾਂਜੀ ਹਾਂਜੀ। ਕੈਮਰੇ ਵਗੈਰਾ ਤੁਹਾਡੇ ਦੇਖੇ ਸਾਰੇ ਪਿੰਡ 'ਚ ਲੱਗੇ ਨਾ? ਨਾ ਜੀ, ਸਾਰੇ ਕੈਮਰੇ ਵਗੈਰਾ, ਸੋ ਜੋ ਥਾਂ ਪੱਕਾ ਹੋਣ ਵਾਲੀ ਪੱਕਾ ਸੀਵਰੇਜ, ਮਤਲਬ ਕਿ ਬਹੁਤ ਜ਼ਿਆਦਾ ਸਹੂਲਤਾਂ ਹੋ ਰਹੀਆਂ ਨੇ ਸਾਡੇ ਪਿੰਡ ਨੂੰ ਜੀ, ਬਹੁਤ ਜ਼ਿਆਦਾ। ਮੈਂ ਕਹਿੰਦਾ ਕੋਈ ਇਹੋ ਜਿਹੀ ਸਹੂਲਤ ਹੀ ਨਹੀਂ ਜਿਹੜੀ ਨਾ ਮਿਲੇ। ਅੱਛਾ, ਅਸੀਂ ਬੈਕਵਰਡ ਦਾ ਲਾਸਟ ਪਿੰਡ ਹਾਂ ਜੀ, ਅਸੀਂ ਸਰੂਰ ਜ਼ਿਲ੍ਹੇ ਦਾ ਲਾਸਟ ਪਿੰਡ ਆ ਜੀ, ਅਸੀਂ ਆਹ ਮਾਨਸਾ ਆ ਗਈ ਨਾਲ ਹੀ, ਸਾਡੇ ਨਾਲ ਹੀ ਬੁਲਾਡਾ ਆ ਗਿਆ, ਸਾਡਾ ਪਿੰਡ ਐਂਡ 'ਤੇ ਆ ਗਿਆ, ਸਾਡੇ ਪਿੰਡ ਬੱਸ ਵੀ ਨਹੀਂ ਆਉਂਦੀ ਜੀ। ਇਹ ਸਾਰਾ ਦੇਣ ਮਾਨ ਸਾਹਿਬ ਦਾ, ਪਹਿਲਾਂ ਮਾਨ ਸਾਹਿਬ ਕਲਾਕਾਰ ਰਹੇ ਨੇ, ਉਦੋਂ ਸਾਡੇ ਪਿੰਡ ਦਾ ਨਾਂ ਬਣਿਆ, ਨਹੀਂ ਸਾਡੇ ਸਤੌਜ ਨੂੰ ਕੋਈ ਜਾਣਦਾ ਨਹੀਂ ਸੀ, ਹੁਣ ਅਸਲ ਤਾਂ ਸੀ ਐਮ ਸਾਹਿਬ ਬਣੇ ਨੇ, ਜਦੋਂ ਹੁਣ ਜਾਣ ਲੱਗੇ ਨੇ, ਪਹਿਲਾਂ ਭਗਵੰਤ ਮਾਨ ਕਹਿੰਦੇ, ਅਸੀਂ ਸਤੌਜ ਨੂੰ ਨਹੀਂ ਕੋਈ ਜਾਣਦਾ ਜੀ, ਕਹਿੰਦੇ ਭਗਵੰਤ ਮਾਨ ਵਾਲਾ ਪਿੰਡ ਆ ਜੀ, ਭਗਵੰਤ ਮਾਨ ਦੇ ਨਾਂ 'ਤੇ ਸਤੌਜ ਪਿੰਡ ਨੂੰ ਜਾਣ ਲੱਗੇ ਨੇ ਜੀ। ਕੱਲ੍ਹ ਨੂੰ ਕੋਈ ਹੋਰ ਪਾਰਟੀ ਆ ਕੇ ਵੱਧ ਕੰਮ ਕਰੂ ਫਿਰ ਉੱਧਰ ਨੂੰ ਬੰਦਾ ਜਾਂਦਾ ਹੈ? ਨਾ ਨਾ, ਸਾਡਾ ਪਿੰਡ ਤਾਂ ਨਹੀਂ ਉਲਟਦਾ, ਸਾਡਾ ਪਿੰਡ ਤਾਂ ਪਹਿਲਾਂ MP ਵੇਲੇ ਵੀ ਪਾਉਂਦੇ ਰਹੇ ਨੇ। ਅੱਛਾ, ਹਾਂ, ਉਹ ਕਿਸੇ ਨੂੰ ਪਾਉਂਦੀ ਨਹੀਂ MP ਵੇਲੇ ਵੀ, ਹਾਂ ਹਾਂ, ਕੋਈ ਪਾਰਟੀ ਦਾ ਸਰਪੰਚ ਹੋ ਜਾਂਦਾ। ਗੱਲਾਂ ਬਾਤਾਂ ਕੀ ਹੁੰਦੀਆਂ? ਜਿਵੇਂ ਆਮ ਪੰਜਾਬ 'ਚ ਪਿੰਡਾਂ ਸ਼ਹਿਰਾਂ ਜਾਂਦੇ ਉੱਥੇ ਹੋਰ ਗੱਲਬਾਤ ਹੁੰਦੀ, ਪਿੰਡ 'ਚ ਗੱਲਾਂ ਬਾਤਾਂ ਹੋਰ ਕਿਸਮ ਦੀਆਂ ਆਉਂਦੀਆਂ, ਆਪਦਾ ਭਾਈਚਾਰਾ ਹੁੰਦਾ, ਕੀ ਗੱਲਾਂ ਬਾਤਾਂ ਕੀ ਹੁੰਦੀਆਂ? ਗੱਲਾਂ ਬਾਤਾਂ ਮੁੱਖ ਮੰਤਰੀ ਸਾਹਿਬ ਇੱਥੇ ਕਰਦੇ ਨੇ, ਖੁੱਲ੍ਹੇ ਰੂਪ 'ਚ ਹੀ ਕਰਦੇ ਹੋਣ ਗੱਲਾਂ ਬਾਤਾਂ ਦਾ? ਹੋਰ ਬਾ ਉਰੇ ਦਾ ਆ ਕੇ ਕਰਦੇ ਨੇ, ਹੋਰ ਤਾਂ ਆਪਾਂ ਗਏ ਨਹੀਂ ਐਵੇਂ ਕਹੀਏ, ਹੈਂ, ਇੱਥੇ ਤਾਂ ਖੁੱਲ੍ਹੀਆਂ ਹੁੰਦੀਆਂ ਉਹਨਾਂ ਗੱਲਾਂ। ਹਾਂ, ਉਰੇ ਖੁੱਲ੍ਹੀਆਂ, ਕੋਈ ਮਰਜ਼ੀ ਜਾਵੇ, ਇਹੋ ਜਿਹੀ ਗੱਲ ਨਹੀਂ। ਹਾਂ, ਉਹਦੀ ਬੀਬੀ ਉਰੀ ਸੀਗੀ ਆਉਣ, ਕੋਈ ਗੱਲ ਨਹੀਂ, ਜਾਵੇ, ਮਾਤਾ ਜੀ ਮਿਲਦੇ ਰਹਿੰਦੇ ਆ, ਮਿਲਦੇ ਰਹਿੰਦੇ ਨੇ, ਕੰਮ ਦਿੰਦੇ ਆ। ਹਾਂ, ਲੋਕ ਜਾਂਦੇ ਨੇ ਆਉਂਦੇ ਨੇ ਲੋਕ, ਫਿਰ ਆਉਂਦੇ ਇੱਥੇ ਰਹਿੰਦੇ ਨੇ। ਹਾਂ, ਇੱਥੇ ਆ, ਉਹਦਾ ਉੱਥੇ ਘਰ ਵੀ ਆ, ਲਵੀ। ਅੱਛਾ, ਹਾਂ, ਲਵੀ ਹੱਥ ਨੇ ਮੱਛਰ ਮਾਰਨ ਵਾਲਾ ਆ ਜਾਂਦਾ, ਸਾਨੂੰ ਤਾਂ ਬਹੁਤ ਫਾਇਦਾ ਹੈ ਸਾਡੇ ਪਿੰਡ। ਹਾਂ ਹਰ ਰੋਜ਼ ਹੈ। ਹਾਂ ਹਾਂ, ਪੰਜ ਚਾਰ ਘਰਾਂ ਦੇ ਮੁੰਡੇ ਮਾਂਡੇ ਬੰਦੇ ਲਵਾਏ ਨੇ ਪਹਿਲਾਂ ਵਾਲੇ, ਪੁਰਾਣੇ ਬੰਦੇ, ਹੋਰ ਕੁਛ ਵੀ ਨਹੀਂ ਕਰਿਆ ਸਾਡੇ ਤੋਂ। ਹੁਣ ਮੁੰਡੇ ਲੱਗ ਰਹੇ ਨੌਕਰੀ ਦਿੱਤੇ? ਹਾਂ, ਹੁਣ 4-5 ਲੱਗ ਗਏ। ਹਾਂ, 4-5 ਲੱਗ, ਉਹਨੂੰ ਤਾਂ ਵੱਧ ਕਹਿੰਦੇ ਨੇ, ਮੈਨੂੰ ਬਿਜਲੀ 'ਚ ਦੇਖਿਆ ਮੈਂ 4 ਲੱਗ ਗਏ। ਐਂ ਮਹਿਕਮੇ ਤਾਂ ਮੈਂ ਜਾਣਦਾ ਨਹੀਂ, ਨਾ ਬਿਜਲੀ 'ਚ ਕਹਿੰਦੇ ਨੇ, ਆਉਂਦੇ ਹੁੰਦੇ ਨੇ, ਫਿਰਦੇ ਹੁੰਦੇ ਨੇ ਮੁੰਡੇ ਚੋਰੇ। ਫਿਰ ਪੂਰੀ ਚੜ੍ਹਾਈ ਹੈ ਸਰ? ਹਾਂ, ਜਿੰਨਾ ਆਹ ਦੇਖੋ ਸਾਰੇ ਬੰਦੇ ਨੇ ਕੀ ਭਾਸ਼ਣ ਦਿੱਤੀ ਹੈ, ਇਹੀ ਗੱਲ ਕਹਿ ਰਿਹਾ ਸਭ, ਐਡੂ ਚੰਗਾ ਕੀ ਹੋਊਗਾ, ਸੁੱਖ ਮਿਲ ਰਿਹਾ ਪਿੰਡ ਨੂੰ। ਠੀਕ ਹੈ, ਹਾਂ, ਪਹਿਲਾਂ ਸਾਡਾ ਪਾਇਆ। ਫਿਰ ਦੂਜੇ ਜੋ ਆਪੋ ਲੀਡਰ ਆਉਂਦੇ ਆ ਕਾਂਗਰਸ ਵਾਲੇ ਜਾਂ ਸਿਮਰਜੀਤ ਮਾਨ, ਉਹਦੀ ਗੱਲ ਗੁੱਲ ਸੁਣਦੇ ਆ ਫਿਰ ਲੋਕ ਇੱਥੇ? ਐਂ ਤਾਂ ਹੁਣ ਪਿੰਡ 'ਚ ਜਿੱਥੋਂ ਅਜਾੜਾ ਹੁੰਦਾ ਹੋਵੇ ਝਾਫਾ ਲਾਈ ਦਿੰਦੇ ਆਪਾਂ ਬਾੜ ਨੂੰ, 5-7 ਬੰਦੇ ਤਾਂ ਉਹ ਖੜਕਦੇ ਰਹਿੰਦੇ ਹੁੰਦੇ ਨੇ। ਹਾਂ, ਕੀ ਆਖਣਾ, ਕੋਈ ਵਗ ਜੇ, ਐਡੀ ਉਹ ਗੱਲ ਨਹੀਂ ਹੈ। ਹਾਂ, ਇੰਨਾ ਕਿ ਤਾਂ ਹੁੰਦੀ ਰਹਿੰਦੇ, ਪੁਰਾਣੀ ਪਾਰਟੀ ਆ ਫਿਰ ਵੀ। ਅੱਛਾ, ਹੋਰ ਕੀ ਆਸਾਂ ਹੈਗੀਆਂ ਤੁਹਾਨੂੰ ਮੁੱਖ ਮੰਤਰੀ ਸਾਹਿਬ ਤੋਂ, ਵੀ ਪਿੰਡ 'ਚ ਆਹ ਹੋ ਜਾਂ ਏਰੀਏ ਦੀ ਆਹ ਸਮੱਸਿਆਵਾਂ ਹਜੇ ਹੈਗੀਆਂ, ਵੀ ਸਾਨੂੰ ਆਸ ਮੁੱਖ ਮੰਤਰੀ ਸਾਹਿਬ ਕਰ ਦੇਣ? ਹੌਲੀ ਹੌਲੀ ਜਿੰਨਾ ਕੁ ਫੋ ਪਈਆਂ ਦਾ ਕਰੀ ਜਾਂਦਾ। ਠੀਕ ਹੈ, ਪਟਵਾਰ ਖਾਨਾ ਉਰੇ ਬਣਾਤਾ, ਧਰਮਗੜ੍ਹ ਜਾਂਦੇ ਹੁੰਦੇ, ਕਹਿਣ ਦੇ ਸੁਨਾਮ ਵੱਗ ਗਿਆ ਜੀ। ਅੱਛਾ, ਫਲਾਣੇ ਤੋਂ ਵੱਗ ਗਿਆ ਜੀ, ਜਾਣੇ 'ਚ ਜੇ ਉਹ ਕੰਮ 'ਤੇ, ਹੁਣ ਇੱਥੇ ਆਹ ਥਾਈ 'ਚ ਬੈਠਾ, ਉਹ ਉੱਧਰ ਲੈਟਰਿੰਗ
ਦਿੱਤੀਆਂ ਟੱਟੀਆਂ ਬੁੜੀਆਂ ਦੀਆਂ, ਉੱਥੋਂ ਘਰਾਂ ਨੇ ਸ਼ਿਕਾਇਤ ਬੰਦ ਕਰਤੀਆਂ, ਉੱਥੇ ਪਟਵਾਰਖਾਨਾ ਪਾ ਤਾ, ਆ ਜਲ ਪਈ ਹੋਈ ਜਾਂਦੀ ਉਹਦੀ ਦਫ਼ਤਰ ਬਣ ਜੂ ਮਤਲਬ ਉੱਥੇ। ਹਾਂ ਅੱਛਾ, ਉਹ ਪਾਰਕ ਬਣੀ ਜਾਂਦਾ ਗਰੀਬ ਗਰੂਬ ਨੇ ਵਿਆਹ ਕਰਨਾ ਕੋਈ ਹੋਰ ਕਰਨਾ ਪੈਲਸ ਲਾ ਲਓ ਚਾਹੇ। ਹਾਂ ਵੀ ਬਹੁਤ ਸਹੂਲਤਾਂ ਜੀ ਉੱਥੇ, ਅਸੀਂ ਇੱਕ ਤਾਂ ਖੜੇ ਸੀਗੇ ਉੱਥੇ, ਉਹ ਇੱਕ ਇੱਕ ਬਜ਼ੁਰਗ ਬੀਬੀ ਅਤੇ ਬਜ਼ੁਰਗ ਬੰਦਾ, ਉਹ ਕਹਿੰਦੇ ਵੀ ਅਸੀਂ ਪਸ਼ੂ ਬੰਨਦੇ ਸੀ ਇੱਥੇ, ਸਾਡੇ ਹੁਣ ਪਸ਼ੂ ਕਿੱਥੇ ਬੰਨਾਂਗੇ। ਇਹ ਹਰੀਜਨਾਂ ਦਾ ਲੈਣਾ ਹੈ ਮਤਲਬ। ਅੱਛਾ ਹਾਂ, ਇਹ ਅੰਦਰੋਂ ਤਾਂ ਨਾਰਾਜ਼ ਨੇ, ਉਹ ਕਹਿੰਦੇ ਠੀਕ ਹੈ ਠੀਕ ਹੈ ਵੀ ਸਾਡਾ ਡੰਗਰ ਕਰਸਾਜ ਕਿੱਥੇ ਬੰਨਾਂਗੇ। ਉਹ ਵਗੜ ਲਿਆ, ਵਗੜ ਕੇ ਜਾਲ ਲਾ ਤਾ ਕੰਨ 'ਤੇ, ਦੋ ਵਾਰ ਕਰਤੇ ਜਿੰਦੇ ਕੁੰਡੇ ਲੱਗਦੇ ਕਰਤੇ। ਅੱਛਾ, ਹਜੇ ਮਿਸਤਰੀ ਦਾ ਕੰਮ ਚੱਲੀ ਜਾਂਦਾ, ਇੱਟਾਂ ਪਈ ਜਾਂਦੀਆਂ, ਸਾਲ ਭਰ ਹੋ ਗਿਆ ਚੱਲ ਜੂ ਉੱਥੇ। ਹੈ ਇਹ ਨਹੀਂ ਹਜੇ ਖੁੱਲ੍ਹ ਕੇ ਦੱਸਿਆ ਕਿਸੇ ਨੇ ਵੀ ਪੈਲਸ ਬਣੂ ਜਾਂ ਕੋਈ ਅਫਸਰ ਬੈਠੂ। ਹਾਂ ਉਹ ਸਾਨੂੰ ਜੇ ਪੁੱਛਦੇ ਅਸੀਂ ਕਹਿੰਦੇ ਪੈਲਸ ਬਣੂ। ਅੱਛਾ ਹਾਂ, ਜਿਵੇਂ ਕਹਿ ਦੇਣਾ ਜਾ ਕੇ ਜੀ ਪੈਲਸ ਹੈ ਇਹ। ਹਾਂ ਜੀ, ਮੁਰੱਬੇਬੰਦੀ ਵਾਲਾ ਕੰਮ ਹੋ ਰਿਹਾ। ਠੀਕ ਹੈ, ਇਹ ਮੁਰੱਬੇਬੰਦੀ ਦੱਸ ਕੇ ਕਰਦੇ ਜਾਂ ਨਾਲਾ ਕੱਢਿਆ ਹੀ ਸਾਡੇ, ਕੋਈ ਲਵੇ ਨਹੀਂ ਲੱਗਣ ਦਿੰਦੇ। ਜਦੋਂ ਨਿਸ਼ਾਨਦੇਹੀ ਹੀ ਲਈਏ, ਆਖੇ ਜੀ ਇਹ ਸੜਕ ਨਿਕਲੂ। ਹਾਂ ਜੀ, ਹਾਂ ਕੱਸੀ ਦਾ ਪਾਣੀ ਆਊ। ਹਾਂ ਜੀ, ਉਹ ਜਦੋਂ ਨਾਲੇ 'ਤੇ ਕਰੇਨਾਂ ਆ ਗਈਆਂ ਉਦੋਂ ਪਤਾ ਲੱਗਿਆ। ਅਤੇ ਕੋਈ ਹੁਣ ਪਿੰਡ 'ਚ ਕਮੀ ਹੈਗੀ ਹੈ ਕਿਵੇਂ? ਕੋਈ ਕੰਮ ਰਹਿੰਦਾ ਹੋਵੇ, ਤੁਹਾਨੂੰ ਆਸ ਹੋਵੇ ਮੁੱਖ ਮੰਤਰੀ ਸਾਹਿਬ ਜ਼ਰੂਰ ਕਰਨਗੇ ਸਾਡਾ। ਮੁੱਖ ਮੰਤਰੀ ਦਾ ਤਾਂ ਫਿਰ ਆਪੀ ਕਰੀ ਜਾਂਦਾ ਜਦੋਂ। ਅੱਛਾ, ਹਾਂ ਲੱਗਦੀ ਹੈ ਕਮੀ ਪੈਂਦੀ। ਸਟੀਮ ਦੇ ਤਿਆਰ ਕਰਤਾ ਉਹਨੇ ਕੰਮ। ਅੱਛਾ, ਸਬੂਤ ਸਹੀ ਉਹਨੇ ਕਰਨਾ। ਠੀਕ ਹੈ, ਤੇਰੀ ਜ਼ਿੰਮੇਵਾਰੀ ਤੂੰ ਦੇਖਣਾ। ਹਾਂ ਵੀ ਜਿੱਥੇ ਕੰਮ ਮੰਗਾ ਉੱਥੇ ਤੈਂ ਸਮਾਨ ਪਹੁੰਚਾਉਣਾ। ਠੀਕ ਹੈ, ਫਿਰ ਸਤੌਜ ਵਾਲੇ ਸਾਰੇ ਵਾਸੀ ਖੁਸ਼ ਆ ਹੁਣ ਫਿਰ? ਹਾਂ ਹਾਂ ਖੁਸ਼ ਨੇ ਬਾਈ, ਖੁਸ਼ ਨੇ ਇਸ ਵਾਰ। ਉਹ ਦੇਖੋ ਠੀਕ ਹੈ, ਆਹ ਦੇਖੋ ਗਊਸ਼ਾਲਾ ਦਾ ਕੰਮ ਹੈ, ਗਊਸ਼ਾਲਾ ਵਾਸਤੇ 12 ਲੱਖ ਰੁਪਈਆ ਪਾਇਆ ਖਾਣੀ ਪਈ।